ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਸਾਡੇ ਨਾਲ ਅੱਜ ਦੇ ਖਬਰ ਅਤੇ ਨਜ਼ਰ ਪ੍ਰੋਗਰਾਮ ਮੰਗਲਵਾਰ ਦੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਸੁਸ਼ੀਲ ਦੁਸਾਂਝ ਜੀ। ਸੁਸ਼ੀਲ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਬਹੁਤ ਮਿਹਰਬਾਨੀ ਰਾਜਕਰਨਵੀਰ ਸਿੰਘ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ। ਸੁਸ਼ੀਲ ਦੁਸਾਂਝ ਦੀ ਸੂਰਿਆ ਨਗਰੀ, ਰਾਜਸਥਾਨ ਦੀ ਸੂਰਿਆ ਨਗਰੀ ਯਾਨੀ ਜੋਧਪੁਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਪਰ ਦੋਸਤੋ ਜਿੱਦਾਂ ਮੈਂ ਦੱਸਿਆ, ਮੈਂ ਪਿਛਲੇ ਐਤਵਾਰ ਤੋਂ ਆਪਣੇ ਕੁਝ ਬਹੁਤ ਹੀ ਪਿਆਰੇ ਸਾਹਿਤਕਾਰ ਦੋਸਤਾਂ ਦੇ ਨਾਲ ਇੱਕ ਸਾਹਿਤਕ ਟੂਰ ਤੇ ਰਾਜਸਥਾਨ ਚ, ਤੇ ਕੱਲ ਰਾਤ ਅਸੀਂ ਜੋਧਪੁਰ ਪਹੁੰਚੇ ਸੀ ਤੇ ਜੋਧਪੁਰ ਦੇ ਵਿੱਚ ਸ਼ਾਮ ਨੂੰ ਜਿਹੜਾ ਮਾਂ ਭਾਸ਼ਾ ਦਿਵਸ ਕੌਮਾਂਤਰੀ ਪੱਧਰ ਤੇ ਮਨਾਇਆ ਜਾ ਰਿਹਾ, ਉਹਦੇ ਸੰਬੰਧ ਦੇ ਵਿੱਚ ਰਾਜਸਥਾਨੀ ਲੇਖਕਾਂ ਦੇ ਨਾਲ ਸਾਡਾ ਸੰਵਾਦ ਸੀ ਜਿਹੜਾ ਰਾਤ 9 ਵਜੇ ਤੱਕ ਚੱਲਿਆ। ਤੇ ਅੱਜ ਅਸੀਂ ਗੱਲਬਾਤ ਵੀ ਆਪਣੇ ਇਸ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੌਮਾਂਤਰੀ ਮਾਂ ਭਾਸ਼ਾ ਦਿਵਸ ਦੇ ਸੰਦਰਭ ਚ ਹੀ ਕਰਦਿਆਂ ਹੋਇਆ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹਾਂਗੇ। ਤੇ ਅਸੀਂ ਪ੍ਰੋਗਰਾਮ ਦੇ ਅਖੀਰ ਚ ਆਪਣੇ ਦੋ ਬਹੁਤ ਹੀ ਬਿਹਤਰੀਨ ਸਾਹਿਤਕਾਰ ਲੇਖਕ, ਭਾਰਤੀ ਸਾਹਿਤ ਅਕਾਦਮੀ ਇਨਾਮ ਜੇਤੂ ਪੰਜਾਬੀ ਗਜ਼ਲਗੋ ਜਸਵਿੰਦਰ ਅਤੇ ਪੰਜਾਬੀ ਦੇ ਬਹੁਤ ਹੀ ਪ੍ਰਸਿੱਧ ਕਵੀ, ਉਹਨਾਂ ਨੂੰ ਵੀ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ ਹੋਇਆ, ਦਰਸ਼ਨ ਬੁੱਟਲ ਜਿਹੜੇ ਪਿਛਲੇ ਦੌਰੇ ਚ ਅਮਰੀਕਾ ਚ ਸਾਡੇ ਨਾਲ ਵੀ ਸਨ, ਉਹਨਾਂ ਨਾਲ ਵੀ ਅਖੀਰ ਦੇ ਵਿੱਚ ਇੱਕ ਦੋ ਸਵਾਲ ਸਾਂਝੇ ਕਰਾਂਗੇ। ਸੋ ਗੱਲਬਾਤ ਸ਼ੁਰੂ ਕਰਦੇ ਹਾਂ। ਸੰਦਰਭ ਬਹੁਤਾ ਰਹੇਗਾ ਕੌਮਾਂਤਰੀ ਮਾਂ ਭਾਸ਼ਾ ਦਿਵਸ ਦੇ ਸੰਬੰਧ ਦੇ ਵਿੱਚ, ਪੰਜਾਬੀ ਬਾਰੇ ਵੀ ਤੇ ਬਾਕੀ ਲੋਕ ਭਾਸ਼ਾਵਾਂ ਬਾਰੇ ਵੀ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜ ਕਰਨਵੀਰ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ, ਉਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ, ਨੰਬਰ 408-272-2500। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਨੀਵਰਸਿਟੀ, ਸਤਨਾਮ ਸਿੰਘ ਗਿੱਲ ਸੈਲਮਾ, ਤਲਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ, ਸਰਬਜੀਤ ਸਿੰਘ ਸ਼ੋਕਰ ਟਰਲੋਕ, ਜਸਵੀਰ ਸਿੰਘ ਜੋਸ਼ਨ ਮਾਊਂਟੇਨ ਹਾਊਸ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-9698 ਦੇ ਉੱਤੇ। ਸੁਸ਼ੀਲ ਜੀ, ਜਿੱਦਾਂ ਤੁਸੀਂ ਦੱਸ ਹੀ ਦਿੱਤਾ ਵੀ ਅੱਜ ਦੀ ਜਿਹੜੀ ਮੁੱਖ ਜਿਹੜੀ ਗੱਲਬਾਤ ਆ ਸਾਡੀ ਮਾਂ ਭਾਸ਼ਾ ਦਿਵਸ, ਉਸਨੂੰ ਲੈ ਕੇ ਹੀ ਜਿਹੜੀ ਰਹੇਗੀ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਆ 21 ਫਰਵਰੀ ਦਾ ਜਿਹੜਾ ਇਹ ਦਿਨ ਆ ਮਾਂ ਭਾਸ਼ਾ ਦਿਵਸ ਦੇ ਰੂਪ ਦੇ ਵਿੱਚ ਵੱਖ ਵੱਖ ਸੱਭਿਆਚਾਰ, ਵੱਖ ਵੱਖ ਦੇਸ਼ ਜਿਹੜੇ ਆ ਜੀ ਉਹ ਮਨਾਉਂਦੇ ਨੇ, ਤੁਸੀਂ ਵੀ ਉਸੇ ਸੰਦਰਭ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਰਾਜਸਥਾਨ ਦੇ ਵਿੱਚ ਪਹੁੰਚੇ ਹੋਏ ਹੋ ਕੌਮਾਂਤਰੀ ਮਾਂ ਭਾਸ਼ਾ ਦਿਵਸ ਦੇ ਸੰਦਰਭ ਦੇ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਉਸੇ ਦੇ ਬਾਰੇ ਦੱਸੋ ਵੀ ਭਾਰਤ ਵਿੱਚ ਇਸ ਨੂੰ ਲੈ ਕੇ ਕਿਸ ਤਰੀਕੇ ਦੇ ਜਿਹੜੇ ਪ੍ਰੋਗਰਾਮ ਨੇ, ਜਾਂ ਤੁਸੀਂ ਜਿੱਥੇ ਪਹੁੰਚੇ ਹੋਏ ਹੋ ਕਿਸ ਤਰੀਕੇ ਦਾ ਪ੍ਰੋਗਰਾਮ ਚੱਲ ਰਿਹਾ? ਮੈਂ ਆਪਣੇ ਸਰੋਤਿਆਂ ਨਾਲ ਗੱਲ ਦੀ ਸਾਂਝ ਪਾਉਣੀ ਚਾਹੁੰਦਾ। ਅੱਜ ਮੌਕਾ ਹੈ, ਜਿਵੇਂ ਦੱਸਿਆ ਰਾਜਕਰਨਵੀਰ ਹੋਰਾਂ ਨੇ, ਕਿ ਕੌਮਾਂਤਰੀ ਮਾਂ ਭਾਸ਼ਾ ਦਿਵਸ ਦੁਨੀਆਂ ਭਰ ਦੇ ਵਿੱਚ ਹੀ ਮਨਾਇਆ ਜਾਂਦਾ। ਇਸ ਤੋਂ ਪਹਿਲਾਂ ਕਿ ਮੈਂ ਪੰਜਾਬੀ ਦੀ ਗੱਲ ਕਰਾਂ ਜਾਂ ਰਾਜਸਥਾਨ ਚ ਆ ਕੇ ਅਸੀਂ ਕਿਵੇਂ ਰਾਜਸਥਾਨੀ ਦੀਆਂ ਜਿਹੜੀਆਂ ਭਾਸ਼ਾਵਾਂ ਨੇ ਜਾਂ ਉਪ ਭਾਸ਼ਾਵਾਂ ਨੇ, ਚਾਹੇ ਉਹ ਮਾਰਵਾੜੀ ਹੈ ਚਾਹੇ ਰਾਜਸਥਾਨੀ ਹੈ, ਉਹਨਾਂ ਨਾਲ ਕਿਸ ਤਰ੍ਹਾਂ ਸੰਵਾਦ ਸਾਡਾ ਰਿਹਾ ਤੇ ਪੰਜਾਬੀ ਭਾਸ਼ਾ ਦੀ ਕੀ ਸਥਿਤੀ ਹੈ, ਕੀ ਦਸ਼ਾ ਹੈ ਜਾਂ ਕੀ ਦਿਸ਼ਾ ਹੋਣ ਵਾਲੀ ਹੈ, ਉਹਦੇ ਤੇ ਸੰਖੇਪ ਚਰਚਾ ਕਰਾਂ। ਮੈਂ ਦੱਸਣਾ ਚਾਹੁੰਦਾ ਕਿ ਦੁਨੀਆਂ ਭਰ ਦੇ ਵਿੱਚ 27,000 ਭਾਸ਼ਾਵਾਂ ਹੈ ਤੇ ਬੋਲੀਆਂ ਦਾ ਅੰਤ ਕੋਈ ਨੀ, ਲੱਖਾਂ ਬੋਲੀਆਂ ਜੀ। ਪਰ ਸੰਕਟ ਦੀ ਸਥਿਤੀ ਇਹ ਹੈ ਕਿ ਇਹ ਜਿਹੜੀਆਂ 27,000 ਭਾਸ਼ਾਵਾਂ ਦਾ ਮੈਂ ਜ਼ਿਕਰ ਕੀਤਾ ਤੇ ਲੱਖਾਂ ਬੋਲੀਆਂ ਦਾ ਜ਼ਿਕਰ ਕੀਤਾ, ਇਹਦੇ ਚ ਹੌਲੀ ਹੌਲੀ ਜਿਹੜੀਆਂ ਜਨ ਭਾਸ਼ਾਵਾਂ ਆ, ਜਿਹਨੂੰ ਸਥਾਨਕ ਭਾਸ਼ਾਵਾਂ ਵੀ ਆਪਾਂ ਕਹਿੰਦੇ ਹਾਂ, ਦੁਨੀਆਂ ਭਰ ਚ ਕੇਵਲ ਪੰਜਾਬੀ ਨਹੀਂ, ਦੁਨੀਆਂ ਭਰ ਚ ਜਿਹੜੀਆਂ ਇਹ ਸਥਾਨਕ ਭਾਸ਼ਾਵਾਂ ਨੇ, ਖੇਤਰੀ ਭਾਸ਼ਾਵਾਂ ਨੇ ਜਾਂ ਜਨ ਭਾਸ਼ਾਵਾਂ ਨੇ, ਲੋਕ ਭਾਸ਼ਾਵਾਂ ਨੇ ਜਾਂ ਬੋਲੀਆਂ, ਉਹਨਾਂ ਤੇ ਇੱਕ ਸੰਕਟ ਦੀ ਸਥਿਤੀ ਬਣੀ ਹੋਈ ਹੈ, ਕਿਉਂਕਿ ਭਾਸ਼ਾਵਾਂ ਨੂੰ ਹੌਲੀ ਹੌਲੀ, ਸਥਾਨਕ ਭਾਸ਼ਾਵਾਂ ਨੂੰ ਹੌਲੀ ਹੌਲੀ ਖਤਮ ਕਰਕੇ ਤੇ ਇੱਕ ਮੰਡੀ ਦੀ ਭਾਸ਼ਾ ਜਾਂ ਪੂੰਜੀ ਦੀ ਭਾਸ਼ਾ ਜਿਹੜੀ ਹੈ ਉਹ ਵਿਕਸਿਤ ਕੀਤੀ ਜਾ ਰਹੀ ਹੈ।
ਉਹਦੇ ਕਰਕੇ ਫਿਰ ਇੱਕ ਗਲੋਬਲ ਪ੍ਰਸੰਗ ਦੇ ਵਿੱਚ ਸਾਰੀਆਂ ਸਥਿਤੀਆਂ ਸਾਨੂੰ ਦੇਖਣੀਆਂ ਪੈਣੀਆਂ। ਸੋ ਇਹ ਵਿਸ਼ਵੀ ਪ੍ਰਸੰਗ ਜਦੋਂ ਅਸੀਂ ਦੇਖਦੇ ਹਾਂ ਤਾਂ ਅਸੀਂ ਦੇਖ ਰਹੇ ਹਾਂ ਕਿ 1980-85 ਤੋਂ ਬਾਅਦ ਦੁਨੀਆਂ ਭਰ ਦੇ ਵਿੱਚ ਜਿਵੇਂ ਵਰਲਡ ਬੈਂਕ ਦੀ ਡਾਇਰੈਕਸ਼ਨ ਦੇ ਵਿੱਚ, ਵਿਸ਼ਵ ਬੈਂਕ ਦੀ ਨਿਰਦੇਸ਼ਨਾ ਦੇ ਵਿੱਚ, ਜਿਵੇਂ ਵੱਖ ਵੱਖ ਮੁਲਕਾਂ ਦੇ ਵਿੱਚ ਮਲਟੀਨੈਸ਼ਨਲ ਗਈਆਂ, ਬਹੁ ਕੌਮੀ ਕਾਰਪੋਰੇਸ਼ਨ ਗਈਆਂ, ਉਹਨਾਂ ਨੇ ਜਿੱਥੇ ਜਿੱਥੇ ਉਹ ਗਈਆਂ ਉੱਥੇ ਉੱਥੇ ਜਾ ਕੇ ਆਪਣੀ ਭਾਸ਼ਾ ਜਿਹੜੀ ਹੈ, ਆਪਣੀ ਬੋਲੀ, ਮਾਰਕੀਟ ਦੀ ਬੋਲੀ, ਪੂੰਜੀ ਦੀ ਬੋਲੀ ਜਿਹੜੀ ਹੈ ਉਹ ਵਿਕਸਿਤ ਕੀਤੀ ਹੈ। ਤੇ ਉਹਦੇ ਕਰਕੇ ਖਤਰਾ ਉਤਪੰਨ ਹੋ ਗਿਆ ਜਨ ਭਾਸ਼ਾਵਾਂ ਨੂੰ। ਜਿਹੜਾ 27,000 ਭਾਸ਼ਾਵਾਂ ਜਾਂ ਲੱਖਾਂ ਬੋਲੀਆਂ ਦਾ ਮੈਂ ਜ਼ਿਕਰ ਕਰ ਰਿਹਾ, ਹਰ ਰੋਜ਼ ਦੁਨੀਆਂ ਭਰ ਦੇ ਵਿੱਚ ਇੱਕ ਭਾਸ਼ਾ ਜਿਹੜੀ ਹੈ ਉਹ ਖਤਮ ਹੋ ਰਹੀ ਹੈ। ਹਰ ਰੋਜ਼ ਦੁਨੀਆਂ 'ਚ ਇੱਕ ਭਾਸ਼ਾ ਤੇ ਘੱਟੋ ਘੱਟ 10 ਬੋਲੀਆਂ ਜਿਹੜੀਆਂ ਆ ਹੌਲੀ ਹੌਲੀ ਖਤਮ ਹੋ ਰਹੀ ਹੈ। ਯਾਨੀ ਇੱਕ ਫੈਲਾਅ ਤੁਸੀਂ ਦੇਖ ਸਕਦੇ ਹੋ ਅੰਗਰੇਜ਼ੀ ਦਾ। ਸਾਡਾ ਅੰਗਰੇਜ਼ੀ ਨਾਲ ਕੋਈ ਵਿਰੋਧ ਨਹੀਂ ਹੈ, ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ, ਜਾਂ ਕਿਸੇ ਵੀ ਭਾਸ਼ਾ ਨਾਲ ਜਦੋਂ ਅਸੀਂ ਖੇਤਰੀ ਭਾਸ਼ਾਵਾਂ ਦੀ ਗੱਲ ਕਰਦੇ ਹਾਂ ਤੇ ਸਾਡਾ ਹਿੰਦੀ ਨਾਲ ਵੀ ਕੋਈ ਵਿਰੋਧ ਨਹੀਂ ਹੈ, ਪਰ ਵਿਰੋਧ ਇਸ ਗੱਲ ਦਾ ਹੈ ਕਿਤੇ ਨਾ ਕਿਤੇ ਜਿਹੜਾ ਜਿਹੜਾ ਲੇਖਕ ਹੈ ਜਾਂ ਬੁੱਧੀਮਾਨ ਵਰਗ ਹੈ ਜਾਂ ਬੁੱਧੀਜੀਵੀ ਹੈ ਉਹ ਇਹ ਮਹਿਸੂਸ ਕਰ ਰਿਹਾ ਹੈ, ਇਹ ਗੱਲ ਸੱਚੀ ਵੀ ਹੈ, ਮਹਿਸੂਸ ਇਸ ਕਰਕੇ ਕਰ ਰਿਹਾ ਹੈ ਕਿ ਜਦੋਂ ਤੁਹਾਡੇ ਤੋਂ ਤੁਹਾਡੀ ਭਾਸ਼ਾ ਜਿਹੜੀ ਹੈ ਹੌਲੀ ਹੌਲੀ ਖੋਈ ਜਾਂਦੀ ਹੈ ਤੇ ਹੌਲੀ ਹੌਲੀ ਤੁਹਾਡਾ ਸਾਰਾ ਕੁਝ ਹੀ ਜਿਹੜਾ ਆ ਖਤਮ ਕਰ ਦਿੱਤਾ ਜਾਂਦਾ ਹੈ, ਤੁਹਾਡੀ ਹੋਂਦ ਖਤਮ ਕਰ ਦਿੱਤੀ ਜਾਂਦੀ ਹੈ, ਤੁਹਾਡਾ ਸੱਭਿਆਚਾਰ ਉਹਦੇ ਨਾਲ ਨਾਲ ਜਿਹੜਾ ਬਦਲਦਾ ਚਲਿਆ ਜਾਂਦਾ, ਉਹਦੇ ਨਾਲ ਨਾਲ ਤੁਹਾਡਾ ਜਿਹੜਾ ਸਮਾਜ ਹੈ ਉਹ ਇੱਕ ਅਜੀਬ ਕਿਸਮ ਦੇ ਇੱਕ ਨਵੇਂ ਸੰਦਰਭ ਦੇ ਵਿੱਚ ਚਲਾ ਜਾਂਦਾ ਹੈ ਤੇ ਤੁਹਾਡੇ ਰੀਤੀ ਰਿਵਾਜ ਜਿਹੜੇ ਚੰਗੇ ਰੀਤੀ ਰਿਵਾਜ ਹੈ ਜਾਂ ਬਾਕੀ ਚੀਜ਼ਾਂ ਖਤਮ ਹੋ ਕੇ ਤੇ ਤੁਹਾਡੇ ਦਾ ਇੱਕ ਨਵਾਂ ਸੱਭਿਆਚਾਰ ਜਿਹੜਾ ਹੈ ਉਹ ਹੌਲੀ ਹੌਲੀ ਅਸਰ ਅੰਦਾਜ਼ ਹੋਣ ਲੱਗ ਪੈਂਦਾ, ਜਿਹਦੇ ਮੁੱਢਲੇ ਅਸਰ ਤੁਸੀਂ ਪੰਜਾਬ ਦੇ ਵਿੱਚ ਵੀ, ਪੰਜਾਬ ਦੇ ਸ਼ਹਿਰਾਂ 'ਚ ਦੇਖ ਸਕਦੇ ਹੋ। ਪੰਜਾਬ ਦੇ ਸ਼ਹਿਰਾਂ 'ਚ, ਚੰਡੀਗੜ੍ਹ ਨੂੰ ਵੀ ਸਾਈਡ ਤੇ ਰੱਖ ਲਓ, ਪੰਜਾਬ ਦੇ ਸ਼ਹਿਰਾਂ ਦੇ ਵਿੱਚ ਹੌਲੀ ਹੌਲੀ ਪੰਜਾਬੀ ਜਿਹੜੀ ਹੈ ਉਹ ਬਿਲਕੁਲ ਉਹਨੂੰ ਖਤਮ ਕਰਕੇ ਹਿੰਦੀ ਤੇ ਅੰਗਰੇਜ਼ੀ ਨੂੰ ਇੰਫੋਰਸ ਸਾਡੇ ਤੇ ਕੀਤਾ ਜਾ ਰਿਹਾ। ਅੱਜ ਤੁਸੀਂ ਦੇਖੋ ਪੰਜਾਬ ਦਾ ਜਲੰਧਰ ਸ਼ਹਿਰ ਲੈ ਲਓ, ਲੁਧਿਆਣਾ ਲੈ ਲਓ, ਸਾਡੇ ਬੱਚੇ ਜਿਹੜੇ ਹੈ ਉਹ ਪੰਜਾਬੀ ਚ ਗੱਲ ਨਹੀਂ ਕਰਦੇ ਤੇ ਉਹਨਾਂ ਬੱਚਿਆਂ ਨਾਲ ਸਾਡੇ ਮਾਪੇ ਬੱਚਿਆਂ ਦੇ ਉਹ ਵੀ ਹਿੰਦੀ ਤੇ ਖਾਸ ਤੌਰ ਤੇ ਹਿੰਦੀ ਤੇ ਜਿਹੜੇ ਕੁਝ ਜ਼ਿਆਦਾ ਆਪਣੇ ਆਪ ਨੂੰ ਮਾਡਰਨ ਸਮਝਦੇ ਉਹ ਅੰਗਰੇਜ਼ੀ ਚ ਆਪਣੇ ਬੱਚਿਆਂ ਨਾਲ ਗੱਲ ਕਰਦੇ ਆ, ਸੰਵਾਦ ਕਰਦੇ ਆ। ਮੈਂ ਬੜਾ ਹੈਰਾਨ ਹੁੰਦਾ ਕਿ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜੇ CBSE ਦੇ ਸਕੂਲ ਹੈ ਜਾਂ ਜਿਹੜੇ ਪ੍ਰਾਈਵੇਟ ਸਕੂਲ ਹੈ ਉੱਥੇ ਪੰਜਾਬੀ ਬੋਲਣਾ ਗੁਨਾਹ ਕਰ ਦਿੱਤਾ ਗਿਆ ਤੇ ਉੱਥੇ ਸਾਡੇ ਸਿੱਖ ਪਰਿਵਾਰਾਂ ਦੇ ਬੱਚੇ, ਬਾਕੀ ਪੰਜਾਬੀ ਪਰਿਵਾਰਾਂ ਦੇ ਬੱਚੇ ਉੱਥੇ ਹਿੰਦੀ ਚ ਗੱਲ ਕਰਦੇ, ਦੋਸਤਾਂ ਨਾਲ ਸਕੂਲ ਦੇ ਅੰਦਰ ਅੰਗਰੇਜ਼ੀ ਚ ਗੱਲ ਕਰਦੇ ਤੇ ਘਰ ਆ ਕੇ ਸਾਡੇ ਪੇਰੈਂਟਸ ਵੀ ਉਹੀ ਕਰਦੇ ਆ, ਸਾਡੇ ਮਾਪੇ ਵੀ ਉਹੀ ਕਰਦੇ ਆ ਤੇ ਜੇ ਉਹਨਾਂ ਨੂੰ ਸਵਾਲ ਪੁੱਛੋ ਤਾਂ ਉਹ ਕਹਿੰਦੇ ਆ ਸਾਡੇ ਬੱਚੇ ਪੁੱਛਦੇ ਆਣਗੇ। ਯਾਨੀ ਮਾਰਕੀਟ ਨੇ ਇੱਕ ਏਦਾਂ ਦਾ ਭੁਲੇਖਾ ਖੜਾ ਕਰ ਦਿੱਤਾ ਵੀ ਜਿਹਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਤਾਂ ਫਿਰ ਤਰੱਕੀ ਹੀ ਨਹੀਂ ਕਰ ਸਕਦਾ, ਜਦਕਿ ਸਾਡਾ ਮੰਨਣਾ ਇਹ ਹੈ ਜਾਂ ਸਮੁੱਚੀ ਵਿਗਿਆਨ ਦਾ ਮੰਨਣਾ ਇਹ ਹੈ ਵੀ ਤਰੱਕੀ ਆਪਣੀ ਮਾਤ ਭਾਸ਼ਾ 'ਚ ਹੀ ਹੋ ਸਕਦੀ ਹੈ। ਮਾਤ ਭਾਸ਼ਾ ਜੇ ਬਚਪਨ 'ਚ ਬੱਚੇ ਨੂੰ ਪ੍ਰਾਇਮਰੀ ਤੱਕ ਸਿੱਖਿਆ ਸ਼ੁਰੂ ਦੇ ਵਿੱਚ ਮਾਤ ਭਾਸ਼ਾ ਦਿੱਤੀ ਜਾਵੇ ਤਾਂ ਹੀ ਬਾਕੀ ਭਾਸ਼ਾਵਾਂ ਦੇ ਦੁਆਰ ਖੁੱਲਦੇ ਆ, ਤੁਸੀਂ ਬਾਕੀ ਭਾਸ਼ਾਵਾਂ ਦੂਜੀਆਂ ਭਾਸ਼ਾਵਾਂ ਤਾਂ ਹੀ ਸਿੱਖ ਸਕਦੇ ਆ ਜੇ ਤੁਸੀਂ ਤੁਹਾਡਾ ਬੱਚਾ ਜਿਹੜਾ ਮੁੱਢਲੀ ਸਿੱਖਿਆ ਆਪਣੀ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਜਿਹੜੀ ਹੈ ਆਪਣੀ ਮਾਂ ਭਾਸ਼ਾ 'ਚ ਲੈ ਰਿਹਾ। ਪਰ ਇਹਨੂੰ ਖਤਮ ਕੀਤਾ ਜਾ ਰਿਹਾ, ਸਾਡੇ ਇੱਥੇ ਤੋਤਾ ਸਿੰਘ ਨੇ ਤੁਹਾਨੂੰ ਪਤਾ ਇਹ ਤੋਤਾ ਸਿੰਘ ਨੇ ਪਹਿਲੀ ਤੋਂ ਅੰਗਰੇਜ਼ੀ ਕਰ ਦਿੱਤੀ ਸੀ, ਜਦਕਿ ਪਹਿਲੀ ਤੋਂ ਪੰਜਵੀਂ ਤੱਕ ਦਾ ਜਿਹੜਾ ਇੱਕ ਫਾਰਮੂਲਾ ਰਿਹਾ ਉਹ ਇਹੀ ਫਾਰਮੂਲਾ ਸਦਾ ਰਿਹਾ ਜਿਹੜਾ ਵਿਗਿਆਨਿਕ ਤੌਰ 'ਤੇ ਸਹੀ ਹੈ ਵੀ ਪਹਿਲੀ ਤੋਂ ਸ਼ੁਰੂ ਕਰੋ ਮਾਤ ਭਾਸ਼ਾ ਤੇ ਚੌਥੀ ਜਮਾਤ ਤੋਂ ਦੂਜੀ ਭਾਸ਼ਾ ਦੇ ਤੌਰ 'ਤੇ ਤੁਸੀਂ ਇਹ ਆਗਿਆ ਦਿਓ ਵੀ ਬੱਚਾ ਜਿਹੜੀ ਭਾਸ਼ਾ ਦੂਜੀ ਸਿੱਖਣੀ ਚਾਹੁੰਦਾ ਸਿੱਖ ਲਵੋ। ਪਰ ਇਹ ਸਾਰਾ ਕੁਝ ਖਤਮ ਕੀਤਾ ਜਾ ਰਿਹਾ। ਕੱਲ ਦਰਸ਼ਨ ਬੁੱਟਰ ਸਾਡੇ ਕਵਿਤਾ ਪੜ੍ਹ ਰਹੇ ਸੀ ਉੱਥੇ ਤੇ ਪੰਜਾਬ ਦੀ ਕਿਸਾਨੀ ਵਾਲੀ ਜਦੋਂ ਕਵਿਤਾ ਪੜ੍ਹ ਰਹੇ ਸੀ ਪੰਜਾਬੀ 'ਚ ਉਹਦੇ 'ਚ ਇੱਕ ਲਫ਼ਜ਼ ਆ ਰਿਹਾ ਸੀ ਵੀ ਸਾਡੇ ਜਿਹੜੇ ਸਾਡੇ ਦਾਣੇ ਜਾਂ ਸਾਡੀਆਂ ਬਾਕੀ ਜਿਹੜੀਆਂ ਚੀਜ਼ਾਂ ਆ ਉਹ ਖਤਮ ਕਰਕੇ ਸਾਡੇ ਤੇ ਪੀਜ਼ੇ ਜਿਹੜੇ ਆ ਬਰਗਰ ਜਿਹੜੇ ਆ ਉਹ ਸਾਡੇ ਤੇ ਥੋਪੇ ਜਾ ਰਹੇ, ਜਿਹੜੀ ਸਾਡੀ ਪੀਜ਼ਿਆਂ ਦੀ ਭਾਸ਼ਾ ਹੋ ਗਈ ਹੈ। ਪੀਜ਼ਿਆਂ ਦੀ ਭਾਸ਼ਾ ਦਾ ਮਤਲਬ ਮਾਰਕੀਟ ਦੀ ਭਾਸ਼ਾ। ਸੋ ਇਸ ਸੰਦਰਭ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਸੰਕਟ ਦੀ ਸਥਿਤੀ ਪੰਜਾਬੀ ਲਈ ਵੀ ਖੜੀ ਹੈ, ਭਾਵੇਂ ਪੰਜਾਬੀ ਸੰਵਿਧਾਨ ਦੀ 8ਵੀਂ ਸੂਚੀ ਦਰਜ ਹੈ ਸਰਕਾਰੀ ਭਾਸ਼ਾ ਪੰਜਾਬ ਦੇ ਵਿੱਚ, ਹੋਣ ਦੇ ਬਾਵਜੂਦ ਅਮਲੀ ਰੂਪ ਦੇ ਵਿੱਚ ਸਰਕਾਰੀ ਭਾਸ਼ਾ ਨਹੀਂ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਅੱਜ ਕੱਲ੍ਹ ਕਾਰਜਕਾਰੀ ਮੁੱਖ ਮੰਤਰੀ, ਅੱਜ ਕੱਲ੍ਹ ਤਾਂ ਤੁਹਾਡੇ ਕੋਲ ਅਮਰੀਕਾ ਗਏ ਹੋਏ ਆ ਤੇ ਉਹਨਾਂ ਨੇ ਇਹਨਾਂ 10 ਸਾਲਾਂ ਦੇ ਵਿੱਚ ਕਦੇ ਵੀ ਇੱਕ ਵਾਰ ਵੀ ਪੰਜਾਬੀ ਨੂੰ ਉਹ ਤਵੱਜੋ ਨਹੀਂ ਦਿੱਤੀ ਜਿਹੜੀ ਦੇਣੀ ਚਾਹੀਦੀ ਹੈ। ਯਾਨੀ ਜਦੋਂ ਹਕੂਮਤ ਦੀ ਭਾਸ਼ਾ ਅੰਗਰੇਜ਼ੀ ਹੋਏਗੀ ਜਾਂ ਹਿੰਦੀ ਹੋਏਗੀ ਤੇ ਲੋਕਾਂ ਦੀ ਭਾਸ਼ਾ ਪੰਜਾਬੀ ਹੋਏਗੀ ਤੇ ਇਹ ਟਕਰਾਅ ਜਿਹੜਾ ਆ
ਇਹ ਨਵੀਂ ਕਿਸਮ ਦੇ ਸੰਘਰਸ਼ ਪੈਦਾ ਕਰੇਗਾ। ਸੋ ਇਹਨਾਂ ਸਥਿਤੀਆਂ ਚ ਬਹੁਤ ਹਾਲਤ ਪੰਜਾਬ ਦੇ ਵਿੱਚ, ਪੰਜਾਬ ਦੀ ਜਨਮ ਭੂਮੀ, ਪੰਜਾਬੀ ਦੀ ਜਨਮ ਭੂਮੀ, ਪੰਜਾਬੀ ਦੀ ਕਰਮ ਭੂਮੀ, ਉੱਥੇ ਨਾ ਤਾਂ ਪੰਜਾਬੀ ਨੂੰ ਬਣਦਾ ਰੁਤਬਾ ਦਿੱਤਾ ਜਾ ਰਿਹਾ। ਇਸੇ ਕਰਕੇ ਇੱਕ ਪੰਜਾਬੀ ਵਿਦਵਾਨ ਨੇ, ਪੰਜਾਬੀ ਲੇਖਕ ਨੇ, ਪੰਜਾਬੀ ਸਮਾਜ ਦੇ ਜਿਹੜੇ ਪ੍ਰਬੁੱਧ ਲੋਕ ਨੇ, ਉਹਨਾਂ ਚ ਇੱਕ ਬੇਚੈਨੀ ਪਾਈ ਜਾ ਰਹੀ ਹੈ। ਇਸ ਬੇਚੈਨੀ ਨੇ ਆਉਣ ਵਾਲੇ ਕੁੱਝ ਨਵੇਂ ਕਿਸਮ ਦੇ ਸੰਕਟ ਜਿਹੜੇ ਆ ਹੋਰ ਸਾਡੇ ਸਾਹਮਣੇ ਲੈ ਕੇ ਆਉਣੇ। ਜੀ 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 ਬਿਲਕੁਲ ਬਿਲਕੁਲ। ਜਿਹੜੀ ਮਾਂ ਬੋਲੀ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਮਾਂ ਭਾਸ਼ਾ ਦੀ ਗੱਲ ਕੀਤੀ ਆ, ਵਾਕਿਆ ਹੀ ਜਿਹੜੀ ਖਤਰੇ ਦੇ ਵਿੱਚ, ਖਾਸ ਕਰਕੇ ਆਪਾਂ ਪੰਜਾਬੀ ਨੂੰ ਲੈ ਕੇ ਗੱਲ ਕਰੀਏ ਤਾਂ ਚੱਲ ਰਿਹਾ ਆ। ਇਸੇ ਸੰਦਰਭ ਦੇ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ, ਜਿਸ ਦੇ ਤੁਸੀਂ ਜਨਰਲ ਸਕੱਤਰ ਵੀ ਹੋ, ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਇਸੇ ਮੁੱਦੇ ਦੇ ਉੱਤੇ ਗ੍ਰਿਫਤਾਰੀਆਂ ਵੀ ਦਿੱਤੀਆਂ ਵੀ ਜਿਹੜੀ ਪੰਜਾਬੀ ਭਾਸ਼ਾ ਆ ਉਸ ਨੂੰ ਜਿਹੜੇ ਚੌਂਸ਼ ਫੇਰੇ ਜਿਹੜਾ ਉਸਦਾ ਫੈਲਾਅ ਵਧੇ, ਅਤੇ ਖਾਸ ਕਰਕੇ ਜਿਹੜੀ ਇੱਕ ਅਫੀਸ਼ੀਅਲ ਲੈਂਗੁਏਜ ਆ ਜਾਂ ਅਧਿਕਾਰਿਤ ਜਿਹੜੀ ਭਾਸ਼ਾ ਆ ਉਸ ਨੂੰ ਇਹ ਬਣਾਇਆ ਜਾਵੇ। ਦੇਖੋ ਮਸਲਾ ਵੀ ਚੰਡੀਗੜ੍ਹ ਦੇ ਵਿੱਚ ਕੇਂਦਰੀ ਪੰਜਾਬੀ ਲੇਖ ਸਭਾ ਤੇ ਜਨ ਮੰਚ ਚੰਡੀਗੜ੍ਹ ਵਾਲਾ, ਉਹਨਾਂ ਨੂੰ ਸਾਂਝੇ ਤੌਰ ਤੇ ਗ੍ਰਿਫਤਾਰੀਆਂ ਦਿੱਤੀਆਂ ਗਈਆਂ। ਜੀ ਕਿਉਂ ਗ੍ਰਿਫਤਾਰੀਆਂ ਦਿੱਤੀਆਂ ਗਈਆਂ? ਚੰਡੀਗੜ੍ਹ 33 ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬੰਗਿਆ। ਪੰਜਾਬ ਦੀ ਰਾਜਧਾਨੀ ਹੈ ਤੇ ਬਦਕਿਸਮਤੀ ਇਹ ਹੈ ਕਿ ਪ੍ਰਸ਼ਾਸਨ ਦੀ ਭਾਸ਼ਾ ਅੰਗਰੇਜ਼ੀ ਹੈ ਜਾਂ ਫਿਰ ਉਸ ਤੋਂ ਬਾਅਦ ਹਿੰਦੀ ਹੈ, ਪੰਜਾਬੀ ਦਾ ਉੱਥੇ ਕਿਸੇ ਕਿਸਮ ਦਾ ਕੋਈ ਰੁਤਬਾ ਨਹੀਂ। ਜੀ ਅਸੀਂ ਇਹ ਮੰਗ ਕਰ ਰਹੇ ਸੀ ਵੀ ਘੱਟੋ ਘੱਟ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੀ ਲੈਂਗੁਏਜ ਜਿਹੜੀ ਹੈ, ਪ੍ਰਸ਼ਾਸਨ ਦੀ ਜਿਹੜੀ ਭਾਸ਼ਾ ਆ, ਅਧਿਕਾਰਿਤ ਤੌਰ ਤੇ ਪੰਜਾਬੀ ਮੰਨੀ ਜਾਏ। ਪਰ ਇਹ ਹੋ ਨਹੀਂ ਰਿਹਾ। ਇਸ ਗੱਲ ਦੀ ਲਗਾਤਾਰ ਮੰਗ ਉੱਠਦੀ ਰਹੀ, ਕਈ ਵਾਰ ਅਧਿਕਾਰੀਆਂ ਨੂੰ ਮਿਲੇ ਪਰ ਅਧਿਕਾਰੀਆਂ ਦੇ ਕੰਮ ਤੇ ਜੋ ਨਹੀਂ ਸਰਕੀ। ਹੌਲੀ ਹੌਲੀ ਪੰਜਾਬ ਦਾ ਦਾਅਵਾ ਜਿਹੜਾ ਹੈ ਉਹ ਖਤਮ ਕੀਤਾ ਜਾ ਰਿਹਾ ਚੰਡੀਗੜ੍ਹ ਤੋਂ। ਅਸੀਂ ਬਾਰ ਬਾਰ ਇਹ ਗੱਲ ਉਭਾਰੀ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈ, 10 ਸਾਲਾਂ ਵਾਸਤੇ ਸਾਂਝੀ ਰਾਜਧਾਨੀ ਬਣਿਆ ਸੀ ਤੇ ਉਸ ਤੋਂ ਬਾਅਦ ਐਕਸਟੈਂਸ਼ਨ ਹੁੰਦੀ ਰਹੀ। ਅੱਜ ਸਟੇਟਸ ਕੋ ਰੱਖਣ ਦੀਆਂ ਗੱਲਾਂ ਹੋ ਰਹੀਆਂ ਕਿ ਕੇਂਦਰੀ ਸ਼ਾਸਨ ਪ੍ਰਦੇਸ਼ ਹੀ ਰਹੇ ਚੰਡੀਗੜ੍ਹ, ਤੇ ਇਸ ਗੱਲ ਦੀ ਸਾਜਿਸ਼ ਦੇ ਤਹਿਤ ਹੀ ਪੰਜਾਬੀ ਨੂੰ ਬੇਦਖਲ ਕਰ ਦਿੱਤਾ ਗਿਆ ਚੰਡੀਗੜ੍ਹ ਚੋਂ। ਇਸ ਮੰਗ ਨੂੰ ਲੈ ਕੇ ਅਸੀਂ ਕੌਮਾਂਤਰੀ ਮਾਂ ਭਾਸ਼ਾ ਦਿਵਸ ਚੁਣਿਆ ਸੀ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ 300 ਦੇ ਕਰੀਬ, 350 ਦੇ ਕਰੀਬ ਲੇਖਕਾਂ ਨੇ ਕੱਲ ਧਰਨਾ ਲਾਇਆ। ਉਸ ਤੋਂ ਬਾਅਦ ਰਾਜ ਭਵਨ ਵੱਲ ਮਾਰਚ ਕੀਤਾ ਤੇ ਵੱਡੇ ਲੇਖਕ ਸਾਡੇ ਗੁਰਦਾਸ ਸਿੰਘ ਸੰਧੂ ਤੇ ਇਸ ਦੇ ਨਾਲ ਨਾਲ ਡਾਕਟਰ ਸਰਮਜੀਤ ਸਿੰਘ, ਡਾਕਟਰ ਸਰਬਜੀਤ ਸਿੰਘ ਜਿਹੜੇ ਪ੍ਰਧਾਨ ਨੇ ਪੰਜਾਬੀ ਲੇਖ ਸਭਾ ਦੇ, ਮੇਰੀ ਡਿਊਟੀ ਇੱਧਰ ਰਾਜਸਥਾਨ ਚ ਲੱਗੀ ਹੋਈ ਸੀ ਇਸ ਕਰਕੇ ਮੈਂ ਰਾਜਸਥਾਨ ਆਇਆ ਹੋਇਆ ਸੀ। ਉਹਨਾਂ ਦੀ ਅਗਵਾਈ ਦੇ ਵਿੱਚ ਉੱਥੇ 101 ਲੇਖਕਾਂ ਨੇ ਕੱਲ ਗ੍ਰਿਫਤਾਰੀ ਦਿੱਤੀ ਹੈ ਤੇ ਬਾਅਦ ਵਿੱਚ 5 ਵਜੇ ਬਾਅਦ ਉਹਨੂੰ ਰਿਹਾ ਕਰ ਦਿੱਤਾ ਗਿਆ। ਪਰ ਮੇਰਾ ਕਹਿਣਾ ਇਹ ਹੈ ਕਿ ਜੇ ਗ੍ਰਿਫਤਾਰੀ ਦਿੱਤੀ ਹੈ ਤੇ ਉਸ ਤੋਂ ਬਾਅਦ ਲੇਖਕਾਂ ਨੇ ਮੰਗ ਉਠਾਈ ਹੈ ਤੇ ਇਹ ਕੇਵਲ ਲੇਖਕਾਂ ਦੀ ਮੰਗ ਨਾ ਰਵੇ, ਇਹ ਇੱਕ ਜਨਤਾ ਦੀ ਮੰਗ ਬਣੇ। ਪੰਜਾਬ ਚ ਪੰਜਾਬੀ ਬੋਲਦੇ ਜਿਹੜੇ ਲੋਕ ਹੈ ਜਾਂ ਚੰਡੀਗੜ੍ਹ ਦੇ ਵਿੱਚ ਪੰਜਾਬੀ ਬੋਲਦੇ ਜਿਹੜੇ ਲੋਕ ਹੈ ਉਹਨੂੰ ਇੱਕ ਜਨਤਕ ਮੁਹਿੰਮ ਦੇ ਵਿੱਚ ਤਬਦੀਲ ਕਰਨ, ਇਹ ਸਾਡੀ ਇੱਛਾ। ਤੇ ਇਸ ਗੱਲ ਨੂੰ ਅਸੀਂ ਸੰਕੇਤਕ ਤੌਰ ਤੇ ਲੇਖਕਾਂ ਦੇ ਗ੍ਰਿਫਤਾਰੀਆਂ ਕਰਕੇ ਇਹ ਗੱਲ ਦੱਸੀ ਹੈ ਵੀ ਪੰਜਾਬੀ ਦਾ ਮਸਲਾ ਕੇਵਲ ਲੇਖਕਾਂ ਦਾ ਮਸਲਾ ਨਹੀਂ ਹੈ, ਪੰਜਾਬੀ ਦਾ ਮਸਲਾ ਵਿਗਿਆਨਕ ਤੌਰ ਦੇ ਉੱਤੇ ਤੇ ਕੁਦਰਤਨ ਜਿਹੜਾ ਆ ਉਹ ਸਮੁੱਚੇ ਜਿਹੜੇ ਮਹਾਂਭਾਸ਼ੀ ਲੋਕ ਹੈ ਜਿਹੜੇ ਜਿਹੜੇ ਪੰਜਾਬੀ ਮਾਂ ਬੋਲੀ ਦੇ ਉਪਾਸ਼ਕ ਹੈ ਉਹਨਾਂ ਸਾਰਿਆਂ ਦਾ ਮਸਲਾ ਹੈ ਕਿ ਇਹਨੂੰ ਇੱਕ ਜਨਤਕ ਮੁਹਿੰਮ ਦੇ ਤੌਰ ਤੇ ਵਿਢਿਆ ਜਾਏ ਤੇ ਪੰਜਾਬ ਦੀਆਂ ਰਾਜਸੀ ਪਾਰਟੀਆਂ ਨੂੰ ਮਜਬੂਰ ਕੀਤਾ ਜਾਏ ਕਿ ਇਹ ਰਾਜਸੀ ਪਾਰਟੀਆਂ ਪੰਜਾਬ ਦੀਆਂ ਪੰਜਾਬੀ ਨੂੰ ਆਪਣੇ ਇੱਕ ਅਹਿਮ ਮੁੱਦੇ ਵਜੋਂ ਉਹਦੇ ਚ ਸ਼ਾਮਿਲ ਕਰਨ, ਏਜੰਡੇ ਚ ਸ਼ਾਮਿਲ ਕਰਨ, ਤਾਂ ਹੀ ਪੰਜਾਬ ਤੇ ਪੰਜਾਬੀ ਦਾ ਤੇ ਪੰਜਾਬੀ ਜ਼ੁਬਾਨ ਦਾ ਭਲਾ ਹੋ ਸਕਦਾ ਹੈ। ਜੀ 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 ਬਿਲਕੁਲ। ਪੰਜਾਬੀ ਭਾਸ਼ਾ ਦੇ ਜਿਹੜੇ ਜੀ ਭਲੇ ਦੇ ਲਈ ਤਰ੍ਹਾਂ ਤਰ੍ਹਾਂ ਜਿਹੜੇ ਜੀ ਜਥੇਬੰਦੀਆਂ ਆਪੋ ਆਪਣੇ ਤੌਰ ਦੇ ਉੱਤੇ ਜ਼ੋਰ ਜਿਹੜੀਆਂ ਲਾ ਰਹੀਆਂ ਹੈ। ਜੇ ਆਪਾਂ ਇਸੇ ਮੁੱਦੇ ਦੇ ਉੱਤੇ ਗੱਲ ਕਰੀਏ ਵੀ ਆਉਣ ਵਾਲੀ ਜਿਹੜੀ ਕੋਈ ਨਵੀਂ ਸਰਕਾਰ ਹੋਵੇਗੀ ਪੰਜਾਬ ਦੇ ਵਿੱਚ, ਤੁਹਾਡੀ ਜਿਹੜੀ ਸਭਾ ਆ, ਆਮ ਲੋਕ ਆ ਉਹਨਾਂ ਤੋਂ ਇਸ ਮੁੱਦੇ ਦੇ ਉੱਤੇ ਕੀ ਜਿਹੜਾ ਜੀ ਅਸੀਂ ਆਸ ਰੱਖ ਸਕਦੇ ਹਾਂ ਵੀ ਕੀ ਹੋਵੇਗਾ, ਚਾਹੇ ਕਾਂਗਰਸ ਦੀ ਆਉਂਦੀ, ਆਮ ਆਦਮੀ ਪਾਰਟੀ ਦੀ, ਜਾਂ ਜੇ ਮੁੜ ਕੇ ਦੁਬਾਰਾ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਂਦੀ? ਨੰਬਰ ਇੱਕ ਤਾਂ ਗੱਲ ਇਹ ਹੈ ਕਿ ਸਰਕਾਰ ਕਿਹੜੀ ਆਉਂਦੀ ਹੈ ਇਹਦੇ ਤੇ ਭਵਿੱਖਬਾਣੀ ਕਰਨਾ ਤਾਂ ਬੜਾ ਮੁਸ਼ਕਲ ਹੈ ਤੇ ਕੁਝ ਕਿਆਸ ਰਾਈਆਂ ਅਸੀਂ ਪਿਛਲੇ ਸਮੇਂ ਚ ਲਾਉਂਦੇ ਰਹੇ ਹਾਂ। ਪਰ ਇਹਦੇ ਤੇ ਗੱਲ ਕਰਾਂਗੇ ਆਪਣੇ ਦੋਸਤਾਂ ਨਾਲ, ਦਰਸ਼ਨ ਬੁੱਟਰ ਹੋਰਾਂ ਨਾਲ ਵੀ ਤੇ ਜਸਵਿੰਦਰ ਹੋਰਾਂ ਨਾਲ ਵੀ, ਉਹ ਕੀ ਸੋਚਦੇ ਆ ਵੀ ਪੰਜਾਬ ਚ ਕਿਹੜੀ ਹਕੂਮਤ ਆਉਣ ਵਾਲੀ ਹੈ, ਕਿਉਂਕਿ ਮੇਰੀ ਮੇਰੀ ਗੱਲ ਤਾਂ ਅਕਸਰ ਸਾਡੇ ਦੋਸਤਾਂ ਨੇ ਸੁਣੀ ਹੈ। ਜੀ ਜੀ। ਸੋ ਕੁਝ ਨਵੇਂ ਵਿਚਾਰ ਵੀ ਆਪਣੇ ਸਾਹਮਣੇ ਆਉਣਗੇ। ਪਰ ਮੈਂ ਇਹ ਕਹਿੰਦਾ ਕਿ ਸਰਕਾਰ ਕਿਸੇ ਦੀ ਵੀ ਆ ਜਾਏ,
ਇੱਕ ਗੱਲ ਤਾਂ ਪੱਕੀ ਆ ਕਿ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਰਿਪੀਟ ਨਹੀਂ ਹੁੰਦੀ। ਫਿਰ ਇਹ ਕਿ ਜਿਹੜੀ ਮੇਰਾ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਸਰਕਾਰ ਨਹੀਂ ਆਉਣੀ ਤਾਂ ਫਿਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਟਫ ਫਾਈਟ ਜਿਹੜੀ ਅਸੀਂ ਦੇਖ ਰਹੇ ਹਾਂ ਉਹਦੇ ਵਿੱਚੋਂ ਜੇ ਕਾਂਗਰਸ ਦੀ ਸਰਕਾਰ ਆਵੇ ਚਾਹੇ ਆਮ ਆਦਮੀ ਪਾਰਟੀ ਸਰਕਾਰ ਆਵੇ। ਕੇਂਦਰੀ ਪੰਜਾਬੀ ਲੋਕ ਸਭਾ ਕੁਝ ਨੁਕਤੇ ਉਭਾਰ ਰਹੀ ਹੈ। ਅਸੀਂ ਚੋਣਾਂ ਦੇ ਦੌਰਾਨ ਹੀ ਕੇਂਦਰੀ ਪੰਜਾਬੀ ਲੋਕ ਸਭਾ ਵੱਲੋਂ ਬਕਾਇਦਾ ਸਾਰੀਆਂ ਰਜਿਸਟਰ ਜਿਹੜੀਆਂ ਚਾਤੀ ਪਾਰਟੀਆਂ ਉਹਨਾਂ ਨੂੰ ਇੱਕ ਚਿੱਠੀ ਵੀ ਪਾਈ। ਉਸ ਚਿੱਠੀ ਚ ਅਸੀਂ ਇਹ ਮਸਲਾ ਉਭਾਰਿਆ ਤੇ ਕਿਉਂ ਨੀ ਜਿਹੜੇ ਚੋਣ ਮੈਨੀਫੈਸਟੋ ਹੈ ਸਾਡੇ ਚੋਣ ਮਨੋਰਥ ਪੱਤਰ ਜਾਂ ਚੋਣ ਐਲਾਨਨਾਮੇ ਉਹਨਾਂ ਚ ਸਾਡੀਆਂ ਸਿਆਸੀ ਪਾਰਟੀਆਂ ਪੰਜਾਬੀ ਦੇ ਮੁੱਦੇ ਨੂੰ ਅਹਿਮ ਏਜੰਡੇ ਦੇ ਤੌਰ ਤੇ ਲੈਂਦੀਆਂ। ਉਹਦੇ ਚ ਇਹ ਗੱਲ ਅਸੀਂ ਉਭਾਰੀ ਸੀ ਤੇ ਉਹ ਗੱਲ ਅਸੀਂ ਨਵੀਂ ਸਰਕਾਰ ਤੋਂ ਵੀ ਚਾਹੁੰਦੇ ਹਾਂ। ਸਰਕਾਰ ਆਮ ਆਦਮੀ ਪਾਰਟੀ ਦੀ ਆਵੇ, ਸਰਕਾਰ ਕਾਂਗਰਸ ਪਾਰਟੀ ਦੀ ਆਵੇ ਜਾਂ ਕਿਸੇ ਦੀ ਵੀ ਆਵੇ ਜਾਂ ਦੇਸ਼ ਦੇ ਵੱਖ ਵੱਖ ਸੂਬਿਆਂ ਚ ਕਿਸੇ ਦੀ ਵੀ ਸਰਕਾਰ ਹੋਵੇ, ਅਸੀਂ ਕੇਵਲ ਪੰਜਾਬੀ ਦੀ ਵੀ ਗੱਲ ਵੀ ਨੀ ਕਰਦੇ, ਸਾਰੀਆਂ ਸਥਾਨਕ ਪਛਾਣ ਬਾਰੇ ਸਾਡੀ ਚਿੰਤਾ ਇੱਕੋ ਜਿਹੀ ਹੈ। ਅਸੀਂ ਨਵੀਂ ਸਰਕਾਰ ਤੋਂ ਉਮੀਦ ਕਰਦੇ ਹਾਂ ਵੀ ਨੰਬਰ ਇੱਕ ਤਾਂ ਵੀ ਸਰਕਾਰੀ ਭਾਸ਼ਾ ਹੋਣ ਦੇ ਬਾਵਜੂਦ ਵੀ ਸੰਵਿਧਾਨ ਦੀ 8ਵੀਂ ਸੂਚੀ ਚ ਸਰਕਾਰੀ ਭਾਸ਼ਾ ਵਜੋਂ ਦਰਜ ਪੰਜਾਬੀ ਹੋਣ ਦੇ ਬਾਵਜੂਦ ਪੰਜਾਬੀ ਨੂੰ ਅਮਲੀ ਰੂਪ ਦੇ ਵਿੱਚ ਕਿਸੇ ਵੀ ਪੱਧਰ ਤੇ ਲਾਗੂ ਨਹੀਂ ਕੀਤਾ ਗਿਆ। ਸਾਡੀ ਇਹ ਸੁਝਾਅ ਆ ਨਵੀਂ ਸਰਕਾਰ ਨੂੰ, ਉਹਨਾਂ ਨੂੰ ਅਸੀਂ ਮਿਲਾਂਗੇ ਵੀ ਘੱਟੋ ਘੱਟ ਆਉਂਦਿਆਂ ਹੀ ਉਹ ਆਪਣੇ ਏਜੰਡੇ ਦੇ ਵਿੱਚ ਭਾਸ਼ਾ ਨੀਤੀ ਨੂੰ ਲੈ ਕੇ ਆਵੇ, ਇੱਕ ਭਾਸ਼ਾ ਨੀਤੀ ਬਣਾਈ ਜਾਵੇ ਤੇ ਉਹਦੇ ਚ ਸ਼ਾਮਿਲ ਕੀਤਾ ਜਾਏ ਕਿ ਹਰ ਪੱਧਰ ਤੇ ਪੰਜਾਬੀ ਨੂੰ 100% ਲਾਗੂ ਕੀਤਾ ਜਾਏਗਾ। ਹਰ ਪੱਧਰ ਦਾ ਮਤਲਬ ਕੀ ਹੈ? ਹਰ ਪੱਧਰ ਦਾ ਮਤਲਬ ਇਹ ਹੈ ਕਿ ਕੇਵਲ ਤੇ ਕੇਵਲ ਸਰਕਾਰੀ ਦਫ਼ਤਰਾਂ ਦੀ ਗੱਲ ਨਹੀਂ ਹੈ, ਜਿੰਨੇ ਵੀ ਪ੍ਰਾਈਵੇਟ ਅਦਾਰੇ ਹੈ ਉਹ ਵੀ ਪੰਜਾਬੀ ਨੂੰ ਪਹਿਲੀ ਭਾਸ਼ਾ ਦੇ ਤੌਰ ਤੇ ਇਸਤੇਮਾਲ ਕਰਨ। ਹਰ ਪੱਧਰ ਦਾ ਮਤਲਬ ਇਹ ਹੈ ਕਿ ਸਾਡੀ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਅਦਾਲਤਾਂ ਦੀ ਭਾਸ਼ਾ ਵੀ ਬਣੇ, ਉਹ ਗਿਆਨ ਵਿਗਿਆਨ ਦੀ ਭਾਸ਼ਾ ਵੀ ਬਣੇ, ਸਾਡਾ ਮੈਡੀਕਲ ਦਾ ਖੇਤਰ ਜਿਹੜਾ ਸਿਹਤ ਦਾ ਖੇਤਰ ਹੈ ਉਹਦੀ ਵੀ ਪੰਜਾਬੀ ਹੋਵੇ, ਸਾਡੀਆਂ ਕਚਹਿਰੀਆਂ ਚ ਪੰਜਾਬੀ ਹੋਵੇ। ਅੱਜ ਹਾਲਤ ਕੀ ਹੈ? ਤੁਸੀਂ ਕਚਹਿਰੀਆਂ ਚ ਚਲ ਜਾਓ, ਵਕੀਲ ਤੇ ਜੱਜ ਸਾਹਿਬ ਜਿਹੜੀ ਗੱਲ ਕਰਦੇ ਹੈ ਉਹਦੇ ਬਾਰੇ ਸਾਨੂੰ ਪਤਾ ਹੀ ਕੱਖ ਨੀ ਕਿ ਉਹ ਆਪੋ ਵਿੱਚ ਕੀ ਗੱਲ ਕਰਦੇ, ਤੇ ਜਿਹੜਾ ਇਨਸਾਫ ਲੈ ਲਈ ਬੰਦਾ ਖੜਾ ਜੇ ਉਹਦੀ ਭਾਸ਼ਾ ਚ ਹੀ ਨੀ ਗੱਲ ਹੋ ਰਹੀ ਉਹਨੂੰ ਕਿੱਦਾਂ ਪਤਾ ਲੱਗੇਗਾ ਕਿ ਉਹਦੇ ਪੱਖ ਚ ਗੱਲ ਹੋ ਰਹੀ ਹੈ ਜਾਂ ਵਿਰੋਧ ਚ ਗੱਲ ਹੋ ਰਹੀ ਹੈ। ਤੁਸੀਂ ਕਿਸੇ ਵੀ ਥਾਣੇ ਚ ਜਾ ਕੇ FIR ਦੇਖ ਲਓ, FIR ਦੇ ਵਿੱਚ ਲਿਪੀ ਤੁਹਾਨੂੰ ਗੁਰਮੁਖੀ ਦਿਸੇਗੀ, ਸਕ੍ਰਿਪਟ ਗੁਰਮੁਖੀ ਹੋਏਗੀ, ਪਰ ਉਹ ਸਾਰੀ ਭਾਸ਼ਾ ਜਿਹੜੀ ਆ ਉਹ ਫਾਰਸੀ ਹੋਏਗੀ, ਜਿਹੜਾ ਪੁਰਾਣਾ ਚੱਲਿਆ ਆ ਰਿਹਾ ਉਹੀ ਚੱਲ ਰਿਹਾ, ਕਿਸੇ ਨੂੰ ਕੁਝ ਪਤਾ ਨਹੀਂ ਹੈ, ਨਾ ਥਾਣਿਆਂ ਚ ਪੰਜਾਬੀ, ਨਾ ਕਚਹਿਰੀਆਂ ਚ ਪੰਜਾਬੀ, ਨਾ ਨਾ ਮੈਡੀਕਲ ਕਾਲਜਾਂ ਦੇ ਵਿੱਚ ਪੰਜਾਬੀ, ਨਾ ਪ੍ਰਾਈਵੇਟ ਅਦਾਰਿਆਂ ਚ ਪੰਜਾਬੀ। ਸੋ ਗਿਆਨ ਵਿਗਿਆਨ ਦੀ ਭਾਸ਼ਾ ਬਣੇ ਤੇ ਰੁਜ਼ਗਾਰ ਦੀ ਭਾਸ਼ਾ ਬਣੇ। ਵੱਡੀ ਗੱਲ ਇਹ ਹੈ ਵੀ ਪੰਜਾਬੀ ਭਾਸ਼ਾ ਚ ਜਿਹੜਾ ਆਪਣੀ ਸਿੱਖਿਆ ਪੂਰੀ ਕਰਦਾ ਬਾਹਰ ਨਿਕਲਦਿਆਂ ਹੀ ਉਹਨੂੰ ਰੁਜ਼ਗਾਰ ਦੀ ਗਰੰਟੀ ਹੋਵੇ। ਜਿੰਨੀ ਦੇਰ ਤੱਕ ਪੰਜਾਬੀ ਨੂੰ ਗਿਆਨ ਵਿਗਿਆਨ, ਸਿਹਤ, ਅਦਾਲਤੀ, ਦਫ਼ਤਰੀ ਤੇ ਰੁਜ਼ਗਾਰ ਦੀ ਭਾਸ਼ਾ ਨਹੀਂ ਬਣਾਇਆ ਜਾਏਗਾ ਉਨੀ ਦੇਰ ਤੱਕ ਪੰਜਾਬੀ ਦੇ ਸੰਕਟ ਬਰਕਰਾਰ ਰਹਿਣਗੇ। ਸੋ ਇਹ ਮੰਗ ਅਸੀਂ ਆਉਣ ਵਾਲੀ ਸਰਕਾਰ ਤੋਂ ਕਰਨ ਵਾਲੇ ਹੈ ਕਿ ਅਸੀਂ ਇੱਕ ਬਦਲਵੀ ਭਾਸ਼ਾ ਨੀਤੀ ਦਾ ਖਰੜਾ ਵੀ ਤਿਆਰ ਕੀਤਾ ਕੇਂਦਰੀ ਪੰਜਾਬੀ ਲੋਕ ਸਭਾ ਵੱਲੋਂ, ਘੱਟੋ ਘੱਟ ਇਹਨਾਂ ਨੁਕਤਿਆਂ ਨੂੰ ਵਿਚਾਰਿਆ ਜਾਏ। ਅਸੀਂ ਸਰਕਾਰ ਨਵੀਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਵੀ ਸਰਕਾਰ ਆਵੇ ਉਹ ਘੱਟੋ ਘੱਟ ਪੰਜਾਬੀ ਵਿਦਵਾਨਾਂ ਦੀ, ਪੰਜਾਬੀ ਬੁੱਧੀਜੀਵੀਆਂ ਦੀ ਪੰਜਾਬੀ ਭਾਸ਼ਾ ਨੂੰ ਕਿੱਦਾਂ 100% ਹਰ ਪੱਧਰ ਤੇ ਲਾਗੂ ਕਰਨਾ, ਉਹਦੀ ਵਿਧੀ ਕੀ ਹੋਵੇ, ਇਹ ਸਲਾਹ ਜਾਂ ਇਹ ਸੁਝਾਅ ਪੰਜਾਬੀ ਵਿਦਵਾਨਾਂ ਤੋਂ, ਪੰਜਾਬੀ ਭਾਸ਼ਾ ਵਿਗਿਆਨੀਆਂ ਤੋਂ ਜ਼ਰੂਰ ਲਵੇ। ਜੀ ਜੀ ਬਿਲਕੁਲ ਜੀ। ਤੇ ਸੁਸ਼ੀਲ ਜੀ, ਜਿੱਦਾਂ ਤੁਸੀਂ ਦੱਸਿਆ ਸੀਗਾ ਵੀ ਆਪਾਂ ਇਹੀ ਸਵਾਲ ਜਿਹੜਾ ਆ ਜਸਵਿੰਦਰ ਜੀ ਤੋਂ ਅਤੇ ਦਰਸ਼ਨ ਵੋਟਰ ਜੀ ਤੋਂ ਵੀ ਪੁੱਛਾਂਗੇ, ਉਹ ਕੀ ਸੋਚਦੇ ਨੇ ਵੀ ਆਉਣ ਵਾਲਾ ਭਵਿੱਖ ਪੰਜਾਬੀ ਭਾਸ਼ਾ ਦੇ ਲਈ ਆਉਣ ਵਾਲੀ ਸਰਕਾਰ ਦੇ ਨਾਲ ਕਿਸ ਤਰੀਕੇ ਦਾ ਹੋਵੇਗਾ। ਬਿਲਕੁਲ, ਸਾਡੇ ਨਾਲ ਜਸਵਿੰਦਰ ਹੋਰੀ ਨੇ, ਭਾਰਤੀ ਸਾਹਿਤ ਅਕੈਡਮੀ ਦੇ ਪੁਰਸਕਾਰ ਵਿਜੇਤਾ, ਇਹਨਾਂ ਦੀ ਇੱਕ ਅਗਰਬੱਤੀ ਨਾਂ ਦੀ ਗਜ਼ਲ ਪੁਸਤਕ ਆਈ ਸੀ, ਉਸ ਪੁਸਤਕ ਨੂੰ ਇਹ ਇਨਾਮ ਦਿੱਤਾ ਗਿਆ। ਤੇ ਅੱਜ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਇਹੋ ਜਸਵਿੰਦਰ ਨੇ, ਸਾਡੇ ਸ਼ਾਇਰ, ਸਾਡੇ ਮਿੱਤਰ, ਜਿਹਨਾਂ ਦੀ ਜਦੋਂ ਭਾਰਤ ਦੇ ਵਿੱਚ ਲਿਖਣ ਬੋਲਣ ਦੀ ਆਜ਼ਾਦੀ ਤੇ ਹਮਲਾ ਹੋਇਆ ਤੇ ਸਭ ਤੋਂ ਪਹਿਲਾਂ ਜਿਹੜੇ ਪੰਜਾਬੀ ਲੇਖਕਾਂ ਨੇ ਆਪਣੇ ਭਾਰਤੀ ਸਾਹਿਤ ਅਕਾਡਮੀ ਦੇ ਇਨਾਮ ਵਾਪਸ ਕੀਤੇ ਜੇ ਤੇ ਅਸੀਂ ਗੱਲ ਵੀ ਕੀਤੀ ਸੀ, ਉਹਨਾਂ ਚ ਜਸਵਿੰਦਰ ਹੋਰਾਂ ਦਾ ਨਾਮ ਬੋਲਦਾ। ਪੰਜਾਬ ਦੇ 15 ਲੇਖਕਾਂ ਨੇ ਇਨਾਮ ਵਾਪਸ ਕੀਤੇ ਸੀ ਤੇ ਉਹਨਾਂ ਚ ਜਸਵਿੰਦਰ ਹੋਰੀ ਪਹਿਲੇ ਸੀ, ਦਰਸ਼ਨ ਬੁੱਟਰ ਹੋਰੀ ਪਹਿਲੇ ਸੀ। ਸੋ ਜਸਵਿੰਦਰ ਹੋਰਾਂ ਨੂੰ ਇਹ ਜ਼ਰੂਰ ਅਸੀਂ ਪੁੱਛਣਾ ਚਾਹੁੰਦੇ ਹਾਂ, ਇੱਕ ਆਮ ਪ੍ਰਚਾਰ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ, ਉਹ ਪੰਜਾਬੀ ਭਾਸ਼ਾ ਬਾਰੇ ਵੀ ਗੱਲ ਕਰਨਗੇ, ਇੱਕ ਪ੍ਰਚਾਰ ਇਹ ਕੀਤਾ ਜਾ ਰਿਹਾ ਕਿ ਜਦੋਂ ਹੁਣ ਚੋਣਾਂ ਹੋਈਆਂ ਵੀ ਏਦਾਂ ਦੱਸਿਆ ਜਾ ਰਿਹਾ ਕਿ ਬਹੁਤ ਚੇਤਨਾ ਦਾ ਪਸਾਰ ਹੋ ਗਿਆ, ਪੰਜਾਬੀ ਬੰਦਾ ਬਦਲ ਰਿਹਾ। ਕੀ ਪੰਜਾਬੀ ਬੰਦੇ ਦੀ ਚੇਤਨਾ ਇੰਨੀ ਵਿਕਸਿਤ ਹੋ ਗਈ ਹੈ
ਜਿਹਦਾ ਸਾਨੂੰ ਦੱਸਿਆ ਜਾ ਰਿਹਾ, ਇਹਦੇ ਬਾਰੇ ਵੀ ਉਹ ਗੱਲ ਕਰਨ, ਨਵੀਂ ਸਰਕਾਰ ਕਿੱਦਾਂ ਦੀ ਆਉਂਦੀ ਹੈ ਦੇਖ ਰਹੇ, ਉਹਦੇ ਬਾਰੇ ਵੀ ਗੱਲ ਕਰਨ, 5 ਮਿੰਟ ਚ ਆਪਣੀ ਗੱਲ ਮੁਕਾਉਣਗੇ ਤੇ ਪੰਜਾਬੀ ਭਾਸ਼ਾ ਨੂੰ ਹਰ ਪੱਧਰ ਤੇ ਲਾਗੂ ਕਰਨ ਦੀ ਕੀ ਵਿਧੀ ਹੋ ਸਕਦੀ ਹੈ ਜਾਂ ਇਸ ਵਿੱਚ ਦਸ਼ਾ ਕੀ ਹੈ ਉਹਦੇ ਬਾਰੇ ਵੀ ਗੱਲ ਕਰਨ। ਜਸਵਿੰਦਰ ਜੀ, ਪੰਜਾਬੀ ਰੇਡੀਓ USA ਤੇ। ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜੀ, ਬਹੁਤ ਬਹੁਤ ਤੁਹਾਡਾ। ਹਾਂਜੀ ਹਾਂਜੀ, ਬਹੁਤ ਧੰਨਵਾਦ ਜੀ। ਜੀ ਜਸਵਿੰਦਰ ਜੀ, ਇਸ ਵੇਲੇ ਪੰਜਾਬ ਦੀ ਜੋ ਸਥਿਤੀ ਹੈ, ਸਭ ਤੋਂ ਜ਼ਿਆਦਾ ਜਦੋਂ ਅਸੀਂ ਰਾਜਸਥਾਨ ਜਦੋਂ ਆਏ ਉੱਥੇ ਵੀ ਇਹੀ ਸਵਾਲ ਸਾਨੂੰ ਵਾਰ ਵਾਰ ਕੀਤਾ ਜਾਂਦਾ ਹੈ ਕਿ ਹਰ ਇੱਕ ਦੀ ਜ਼ੁਬਾਨ ਤੇ ਇਹੀ ਹੈ ਕਿ ਸਰਕਾਰ ਕਿਹਦੀ ਬਣੂਗੀ। ਲੋਕਾਂ ਦੇ ਵਿੱਚ ਇਹ ਸਮਝਿਆ ਜਾਂਦਾ ਹੈ ਕਿ ਸ਼ਾਇਦ ਸਰਕਾਰ ਬਦਲਣ ਨਾਲ ਜਾਂ ਨਵੀਂ ਸਰਕਾਰ ਬਣਨ ਨਾਲ ਹੀ ਸਾਰੀਆਂ ਸਮੱਸਿਆ ਜਿਹੜੀ ਰਾਤੋ ਰਾਤ ਹੱਲ ਹੋ ਜਾਣਗੀਆਂ, ਜਾਂ ਇਹ ਵੀ ਬਹੁਤ ਜ਼ਿਆਦਾ ਕਿਹਾ ਜਾਂਦਾ ਹੈ, ਰਾਜਸਥਾਨ ਦੇ ਵਿੱਚ ਵੀ ਸਾਨੂੰ ਪੁੱਛਿਆ ਜਾਂਦਾ ਹੈ ਕਿ ਪੰਜਾਬ ਦੇ ਲੋਕ ਇੰਨੇ ਸਿਆਣੇ ਹੋ ਗਏ ਜੋ ਹੁਣ ਸਰਕਾਰ ਬਦਲ ਕੇ ਇਕਦਮ ਆਮ ਆਦਮੀ ਪਾਰਟੀ ਜਿਹੜੀ ਕਿ ਪਿੱਛੇ ਸਾਲ ਡੇਢ ਸਾਲ ਪਹਿਲਾਂ ਜਿਹਦੀ ਕੋਈ ਹੋਂਦ ਵੀ ਨਹੀਂ ਸੀ ਉਹ ਪੰਜਾਬ 'ਚ ਰਾਤੋ ਰਾਤ ਇੰਨੀ ਫੈਲ ਗਈ ਕਿ ਲੋਕਾਂ ਦਾ ਪੱਧਰ ਬੜਾ, ਸੋਚਣ ਦਾ ਪੱਧਰ, ਉਹਨਾਂ ਦੀ ਚੇਤਨਾ ਦਾ ਪੱਧਰ ਇੰਨਾ ਉੱਚਾ ਹੋ ਗਿਆ। ਸੋ ਇਸ ਤਰ੍ਹਾਂ ਦੇ ਸਵਾਲ ਕੀਤੇ ਜਾਂਦੇ ਆ, ਪਰ ਮੈਨੂੰ ਲੱਗਦਾ ਕਿ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਉਭਾਰ ਹੈ ਇਸ ਤੋਂ ਇਸ ਗੱਲ ਦਾ ਅੰਦਾਜ਼ਾ ਨਹੀਂ ਲਾ ਸਕਦਾ ਕਿ ਲੋਕਾਂ ਦਾ ਪੱਧਰ ਉੱਚਾ ਹੋ ਗਿਆ, ਕਿਉਂਕਿ ਜੋ ਉਭਾਰ ਕਿਸੇ ਵੀ ਪਾਰਟੀ ਦਾ ਇਸ ਤਰ੍ਹਾਂ ਰਾਤੋ ਰਾਤ ਹੋਣਾ ਜਾਂ ਥੋੜੇ ਸਮੇਂ 'ਚ ਹੋਣਾ ਉਹਦਾ ਵੱਡਾ ਕਾਰਨ ਤਾਂ ਇਹੀ ਹੈ ਕਿ ਜਿਹੜੀ ਰਾਜ ਕਰਨ ਵਾਲੀ ਪਾਰਟੀ ਹੈ ਉਹਦੇ ਪ੍ਰਤੀ ਲੋਕਾਂ ਦੀ ਜਿਹੜੀ ਇੱਥੋਂ ਤੱਕ ਨਫ਼ਰਤ ਤੱਕ ਗੱਲ ਪਹੁੰਚ ਗਈ ਸੀ ਕਿ ਹਾਕਮ ਪਾਰਟੀ ਨੇ ਸਾਰਾ ਕੁਛ ਹੀ ਸਰਕਾਰ ਦਾ ਜਿੰਨੇ ਵੀ ਵਿਕਾਸ ਦਾ ਅਖੌਤੀ ਵਿਕਾਸ ਦਾ ਜੋ ਕੰਮ ਹੈ ਜਾਂ ਹੋਰ ਜਿੰਨੇ ਕਾਰੋਬਾਰ ਨੇ ਸਾਰੇ ਆਪਣੇ ਹੱਥ ਵਿੱਚ ਲੈ ਲਏ, ਔਰ ਭ੍ਰਿਸ਼ਟਾਚਾਰ ਔਰ ਗੁੰਡਾਗਰਦੀ ਹੋਰ ਜੋ ਸਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਊ ਇੰਨੀਆਂ ਜ਼ਿਆਦਾ ਵੱਧ ਗਈਆਂ ਕਿ ਲੋਕ ਬਹੁਤ ਹੀ ਜ਼ਿਆਦਾ ਦੁਖੀ ਹੋ ਗਏ। ਇਹਦੇ ਮੁਕਾਬਲੇ ਤੇ ਕੋਈ ਵੀ ਪਾਰਟੀ ਹੁੰਦੀ ਤਾਂ ਲੋਕਾਂ ਨੇ ਬੜੀ ਆਸਾਨੀ ਨਾਲ ਉਹਨਾਂ ਨੂੰ ਜਿਤਾ ਦੇਣਾ ਸੀ। ਆਮ ਆਦਮੀ ਪਾਰਟੀ ਇੱਕ ਨਵੀਂ ਆਸ ਲੈ ਕੇ ਆਈ, ਇਹਦੇ ਨਾਲ ਮੈਨੂੰ ਇੰਨਾ ਹੀ ਫਰਕ ਲੱਗਦਾ ਹੈ ਕਿ ਜੇ ਇਹ ਕੱਲ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ, ਹਾਲਾਂਕਿ ਮੈਂ ਬਹੁਤਾ ਨਿਸ਼ਚਿਤ ਨਹੀਂ, ਹੋ ਸਕਦਾ ਕੋਈ ਸਾਂਝੀ ਸਰਕਾਰ ਬਣੇ ਜਾਂ ਕੁਛ ਵੀ, ਕੋਈ ਅਜੇ ਕਹਿਣਾ ਬੜਾ ਮੁਸ਼ਕਿਲ ਹੈ, ਪਰ ਫਿਰ ਵੀ ਲੋਕਾਂ ਦੀਆਂ ਸਮੱਸਿਆਵਾਂ ਬੁਨਿਆਦੀ ਸਮੱਸਿਆਵਾਂ ਉੱਥੇ ਹੀ ਰਹਿਣਗੀਆਂ। ਜੇ ਕੋਈ ਥੋੜ੍ਹਾ ਬਹੁਤਾ ਫਰਕ ਪਊਗਾ ਤਾਂ ਇਹ ਕਿ ਇੱਕ ਤਾਂ ਪ੍ਰਸ਼ਾਸਨਿਕ ਸੁਧਾਰ ਜ਼ਰੂਰ ਹੋਣਗੇ, ਉਹ ਵੀ ਇੱਕ ਲੋਕਾਂ ਲਈ ਚਲੋ ਵੱਡੀ ਰਾਹਤ ਹੈ, ਤੇ ਦੂਜੀ ਹੇਠਲੇ ਪੱਧਰ ਤੇ ਜੋ ਰਿਸ਼ਵਤ ਹੈ ਜਾਂ ਹੋਰ ਜਿਹੜੇ ਨਿੱਤ ਦੇ ਕੰਮ ਕਰਨ 'ਚ ਲੋਕਾਂ ਨੂੰ ਮੁਸ਼ਕਿਲਾਂ ਆਉਂਦੀਆਂ ਉਹਨਾਂ ਦੇ ਵਿੱਚ ਵੀ ਕਾਫੀ ਜੋ ਲੋਕਾਂ ਨੂੰ ਸੁੱਖ ਦਾ ਸਾਹ ਆਊਗਾ। ਸੋ ਇਸ ਕਰਕੇ ਅਸੀਂ ਜਾਂ ਮੈਂ ਆਪਣੇ ਤੌਰ ਤੇ ਕਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਵਿੱਚ ਬੜਾ ਹੱਕ ਜਾ, ਪਰ ਇਸ ਤੋਂ ਇਹ ਅੰਦਾਜ਼ਾ ਬਿਲਕੁਲ ਨਹੀਂ ਲਾਇਆ ਜਾ ਸਕਦਾ ਕਿ ਲੋਕਾਂ ਦੇ ਚੇਤਨਾ ਦਾ ਪੱਧਰ ਬਹੁਤ ਉੱਚਾ ਹੋ ਗਿਆ ਜਾਂ ਲੋਕ ਸਿਆਣੇ ਹੋ ਗਏ। ਹਾਂ, ਜੇ ਇਸ ਚੋਣਾਂ ਦੇ ਸਿਸਟਮ ਚੋਂ ਜੇ ਇੱਕ ਅੰਦਾਜ਼ਾ ਲਾਉਣਾ ਹੋਵੇ ਕਿ ਲੋਕਾਂ ਦਾ ਪੱਧਰ ਕਿਸ ਲੈਵਲ ਤੱਕ ਉੱਚਾ ਹੋਇਆ ਤਾਂ ਉਹ ਇਸ ਇੱਕ ਗੱਲ ਤੋਂ ਜ਼ਰੂਰ ਲਾਇਆ ਜਾ ਸਕਦਾ ਹੈ ਕਿ ਰਿਜ਼ਲਟ ਆਉਣ ਤੋਂ ਬਾਅਦ ਕਿ ਨੋਟਾਂ ਦਾ ਬਟਨ ਕਿੰਨੇ ਲੋਕਾਂ ਨੇ ਦਬਾਇਆ, ਕਿਉਂਕਿ ਸਾਰੇ ਸਿਸਟਮ ਤੋਂ ਜੋ 70 ਸਾਲ ਹੋ ਗਏ ਲੋਕਾਂ ਨੂੰ ਵੋਟਾਂ ਪਾਉਂਦਿਆਂ ਨੂੰ, ਕੋਈ ਉਹਨਾਂ ਦੀ ਬੁਨਿਆਦੀ ਤਬਦੀਲੀ ਇਹਦੇ ਵਿੱਚ ਚੋਣਾਂ ਦੇ ਨਾਲ ਨਹੀਂ ਹੋਈ। ਸੋ ਹੁਣ ਨੋਟਾਂ ਦਾ ਬਟਨ ਦਬਾਉਣ ਵਾਲਿਆਂ ਦੀ ਵੀ ਗਿਣਤੀ ਥੋੜੀ ਥੋੜੀ ਕਰਕੇ ਵੱਧ ਰਹੀ ਹੈ। ਸੋ ਉਹੀ ਇੱਕ ਆਧਾਰ ਹੈਗਾ ਜਿੱਥੋਂ ਅਸੀਂ ਸੋਚ ਸਕਦੇ ਹਾਂ ਕਿ ਹਾਂ ਲੋਕ ਸਿਆਣੇ ਹੋ ਗਏ, ਪਰ ਉਸ ਪੱਧਰ ਤੇ ਹਲੇ ਗੱਲ ਨਹੀਂ ਪਹੁੰਚੀ। ਜੀ ਜੀ, ਤੇ ਜਸਵਿੰਦਰ ਜੀ, ਇਹ ਤੁਸੀਂ ਜਿਹੜੀ ਇੱਕ ਬੁਨਿਆਦੀ ਗੱਲਾਂ ਦੀ ਗੱਲ ਕੀਤੀ, ਅਤੇ ਤੁਸੀਂ ਆਪਾਂ ਜਿੱਦਾਂ ਤੁਸੀਂ ਉੱਥੋਂ ਕੌਮਾਂਤਰੀ ਮਾਂ ਭਾਸ਼ਾ ਦਿਵਸ ਦੇ ਮੌਕੇ ਦੇ ਉੱਤੇ ਉੱਥੇ ਪਹੁੰਚੇ ਹੋਏ ਹੋ, ਤੁਸੀਂ ਪੰਜਾਬੀ ਬੋਲੀ ਨੂੰ ਲੈ ਕੇ ਕਿੱਦਾਂ ਦੇ ਆਸ ਰੱਖਦੇ ਹੋ ਆਉਣ ਵਾਲੀ ਸਰਕਾਰ ਤੋਂ? ਬਿਲਕੁਲ ਜੀ, ਆਉਣ ਵਾਲੀ ਸਰਕਾਰ ਤੋਂ ਅਸੀਂ ਉਸੇ ਤਰ੍ਹਾਂ ਹੀ ਆਸ ਰੱਖਦੇ ਹਾਂ ਕਿ ਅਸੀਂ ਪੰਜਾਬੀ ਦੇ ਲੇਖ ਹੈ ਜੋ ਬੜੇ ਸਿਆਣੇ ਨੇ ਔਰ ਇਹਨਾਂ ਨੇ ਬੜਾ ਦਬਾਅ ਬਣਾਇਆ ਹੋਇਆ ਸਰਕਾਰ ਤੇ, ਲਗਾਤਾਰ ਇਹ ਚੇਤਨ ਨੇ, ਇਸੇ ਤਰ੍ਹਾਂ ਨਵੀਂ ਸਰਕਾਰ ਤੇ ਵੀ ਜਿਹੜਾ ਉਹ ਦਬਾਅ ਜਾਰੀ ਰਹੇਗਾ, ਉਮੀਦ ਹੈ ਕਿ ਨਵੀਂ ਸਰਕਾਰ ਦੇ ਵਿੱਚ ਬਹੁਤ ਸਾਰੇ ਨਵੇਂ ਚਿਹਰੇ ਆਉਣਗੇ ਜੀ, ਸਾਰੇ ਸਿਸਟਮ ਦੇ ਵਿੱਚ ਕੁਛ ਨਾ ਕੁਛ ਜਿਹੜਾ ਸੁਧਾਰ ਜ਼ਰੂਰ ਹੋਏਗਾ, ਉਸ ਸੁਧਾਰ ਦੇ ਵਿੱਚ ਅਸੀਂ ਪੂਰੀ ਆਸ ਰੱਖਦੇ ਹਾਂ ਕਿ ਲੇਖਕਾਂ ਦੇ ਦਬਾਅ ਨਾਲ ਪੰਜਾਬੀ ਭਾਸ਼ਾ ਦੀ ਨੀਤੀ ਨੂੰ ਅਸੀਂ ਲਾਗੂ ਕਰਾਉਣ ਦੇ ਵਿੱਚ, ਜਿਹੜਾ ਕਿ ਖਾਲਸਾ ਕੇਂਦਰੀ ਪੰਜਾਬੀ ਲੇਖ ਸਾਹਿਬ ਨੇ ਬਣਾਇਆ ਹੋਇਆ ਹੈ, ਉਹਨੂੰ ਅਸੀਂ ਜ਼ਰੂਰ ਲਾਗੂ ਕਰਾਉਣ ਦੇ ਵਿੱਚ ਕਾਮਯਾਬ ਹੋਵਾਂਗੇ। ਔਰ ਪੰਜਾਬੀ ਦੀ ਜੋ ਸਥਿਤੀ ਇਸ ਵੇਲੇ ਸਾਰੀ ਸੂਬੇ ਦੇ ਵਿੱਚ ਬੜੀ ਰਾਣੀ ਦੀ ਬਜਾਏ ਗੋਲੀਆਂ ਵਾਲੀ ਬਣੀ ਹੋਈ, ਉਸ ਨੂੰ ਜਿਹੜਾ ਉਹ ਪਹਿਲਾਂ ਵਾਲਾ ਉਹਦਾ ਰਾਣੀ ਦਾ ਰੁਤਬਾ ਹੈ ਉਹ ਜ਼ਰੂਰ ਬਹਾਲ ਕਰਾਉਣ ਦੇ ਵਿੱਚ ਅਸੀਂ
ਕਾਮਯਾਬ ਹੋਵਾਂਗੇ। ਜੀ ਜੀ ਅਤੇ ਜਸਵਿੰਦਰ ਜੀ, ਤੁਸੀਂ ਜਦੋਂ ਖਰੜੇ ਦੀ ਗੱਲ ਕਰ ਰਹੇ ਹੋ ਵੀ ਤੁਹਾਡੀ ਸਭਾ ਦੇ ਵੱਲੋਂ ਖਰੜਾ ਤਿਆਰ ਕੀਤਾ ਗਿਆ ਆ, ਕੀ ਸਰਕਾਰ ਬਣਨ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਗੱਲ ਹੋਵੇਗੀ ਜਾਂ ਉਸ ਤੋਂ ਪਹਿਲਾਂ ਵੀ ਕਿਤੇ ਮੌਕਾ ਮਿਲਿਆ ਆ ਤੁਹਾਨੂੰ ਵੀ ਚਾਹੇ ਕਾਂਗਰਸ ਪਾਰਟੀ ਜਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ? ਬਿਲਕੁਲ ਜੀ, ਅਸੀਂ ਕੇਂਦਰੀ ਪੰਜਾਬੀ ਲੋਕ ਸਭਾ ਨੇ ਸਾਰੀਆਂ ਪਾਰਟੀਆਂ ਨੂੰ ਚੋਣਾਂ ਲੜਨ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਆਪਣੇ ਜਿਹੜੇ ਉਹ ਆਪਣੀ ਭਾਸ਼ਾ ਨੀਤੀ ਪਹੁੰਚਾਈ ਹੋਈ ਹੈ ਔਰ ਇਹ ਲਗਾਤਾਰ ਅਸੀਂ ਇਹ ਦਬਾਅ ਬਰਕਰਾਰ ਰੱਖਾਂਗੇ। ਆਉਣ ਵਾਲੀ ਸਰਕਾਰ ਦੇ ਵਿੱਚ ਇਸ ਨੂੰ ਸਭ ਤੋਂ ਪਹਿਲ ਦੇ ਆਧਾਰ ਤੇ ਅਸੀਂ ਆਪਣੀ ਮੰਗ ਨੂੰ ਹੋਰ ਤੇਜ਼ ਕਰਾਂਗੇ ਤੇ ਉਮੀਦ ਆ ਕਿ ਕੁਛ ਨਾ ਕੁਛ ਜ਼ਰੂਰ ਪੋਜ਼ਿਟਿਵ ਵੀ ਸਿੱਟੇ ਨਿਕਲਣਗੇ। ਜੀ 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 ਜਸਵਿੰਦਰ ਜੀ, ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਰੇ ਨੇ ਜੀ ਕੀਮਤੀ ਸਮੇਂ ਚੋਂ ਸਮਾਂ ਕੱਢਿਆ। ਜੀ ਬਹੁਤ ਬਹੁਤ ਧੰਨਵਾਦ, ਬੜਾ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਰਾਜਕਰਨ ਜੀ, ਇਹ ਸਨ ਜਸਵਿੰਦਰ ਹੋਰੀ ਜੀ, ਤੁਸੀਂ ਮੇਰੇ ਸਵਾਲ ਉਹਨਾਂ ਨੂੰ ਵੀ ਕੀਤੇ ਹੈ। ਇਸੇ ਰੋਸ਼ਨੀ ਚ ਅਸੀਂ ਦਰਸ਼ਨ ਬੁੱਟਰ ਹੋਰਾਂ ਨਾਲ ਗੱਲ ਕਰਨੀ ਚਾਹੁੰਦੇ ਹਾਂ। ਖਾਸ ਤੌਰ ਤੇ ਦਰਸ਼ਨ ਬੁੱਟਰ ਥੋੜੀ ਗੱਲ ਅਸੀਂ ਵੱਖਰੇ ਪੱਧਰ ਤੇ ਵੀ ਕਰਨੀ ਚਾਹੁੰਦੇ। ਦਰਸ਼ਨ ਬੁੱਟਰ ਨੂੰ ਤੁਸੀਂ ਸਾਰੇ ਜਾਣਦੇ ਹੋ ਜੀ, ਦਰਸ਼ਨ ਬੁੱਟਰ ਪਿੱਛੇ ਜੂਨ ਮਹੀਨੇ ਚ ਜਦੋਂ ਅਸੀਂ ਆਏ ਸੀ ਅਮਰੀਕਾ ਦੇ ਦੌਰੇ ਤੇ ਵਰਲਡ ਪੰਜਾਬੀ ਕਾਨਫਰੰਸ ਦੇ ਸੰਦਰਭ ਚ, ਉਦੋਂ ਸਾਡੇ ਨਾਲ ਸੀ ਪੰਜਾਬੀ ਰੇਡੀਓ USA ਦੇ ਦਫ਼ਤਰ ਵੀ ਆਏ ਸਨ ਜੀ, ਤੇ ਤੁਸੀਂ ਸਾਰੇ ਚੰਗੀ ਤਰ੍ਹਾਂ ਉਹਨਾਂ ਤੋਂ ਵਾਕਫ ਉਦੋਂ ਗੱਲਬਾਤ ਵੀ ਆਪਣੀ ਹੋਈ ਸੀ ਜੀ। ਦਰਸ਼ਨ ਬੁੱਟਰ ਹੋਰੀ ਵੀ ਅੱਜ ਨਾਲ ਨੇ ਤੇ ਦਰਸ਼ਨ ਬੁੱਟਰ ਵੀ ਉਹ ਸ਼ਾਇਰ ਨੇ ਜਿਹਨਾਂ ਨੂੰ ਇਹਨਾਂ ਦੀ ਕਿਤਾਬ ਮਹਾਂ ਕੰਬਣੀ ਤੇ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ। ਤੇ ਜਦੋਂ ਲਿਖਣ ਬੋਲਣ ਦੀ ਆਜ਼ਾਦੀ ਦਾ ਮਸਲਾ ਆਇਆ ਤਾਂ ਪੰਜਾਬੀ ਲੇਖਕਾਂ ਚ ਜਿਹੜੇ ਪਹਿਲੇ ਲੇਖਕ ਸੀ ਉਹਦੇ ਚ ਦਰਸ਼ਨ ਬੁੱਟਰ ਵੀ ਸ਼ਾਮਿਲ ਸੀ ਜਿਹਨਾਂ ਨੇ ਉਹ ਅਵਾਰਡ ਵਾਪਸ ਕੀਤਾ ਜੀ। ਸੋ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ ਜ਼ਮੀਰ ਦਾ ਇੱਕ ਪੱਧਰ ਜਿਹੜਾ ਇੱਕ ਲੇਖਕ ਦੀ ਜ਼ਮੀਰ ਹੁੰਦੀ ਹੈ ਉਹ ਕਿੱਡਾ ਵੱਡਾ ਪੱਧਰ ਦਰਸ਼ਨ ਬੁੱਟਰ ਦਾ ਜਾਂ ਜਸਵਿੰਦਰ ਹੋਰਾਂ ਦਾ। ਸੋ ਬੁੱਟਰ ਸਾਹਿਬ ਨਾਲ ਅਸੀਂ ਇਸ ਕਰਕੇ ਵੱਖਰੀ ਥੋੜੀ ਗੱਲ ਕਰਨੀ ਚਾਹੁੰਦੇ ਹਾਂ, ਭਾਸ਼ਾ ਤੇ ਅਸੀਂ ਕਾਫੀ ਗੱਲਾਂ ਕੀਤੀਆਂ ਜੀ ਜੀ, ਅਸੀਂ ਇਹਨਾਂ ਤੋਂ ਇਸ ਕਰਕੇ ਜ਼ਿਆਦਾ ਜਾਣਕਾਰੀ ਚਾਹੁੰਦੇ ਹਾਂ, ਖਾਸ ਤੌਰ ਤੇ ਪੰਜਾਬ ਦੀ ਚੋਣਾਂ ਦੇ ਸੰਦਰਭ ਦੇ ਵਿੱਚ ਕਿਹੜੀ ਸਰਕਾਰ ਬਣੇਗੀ, ਇਹਨਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਾਭੇ ਤੋਂ ਜਿਹੜੇ ਦੇਵ ਮਾਨ ਹੈ ਜੀ, ਉਹਨਾਂ ਦੇ ਹਲਕਾ ਇੰਚਾਰਜ ਦੇ ਤੌਰ ਤੇ ਕੰਮ ਕੀਤਾ ਹੈ ਜੀ। ਤੇ ਕਿਸੇ ਵੇਲੇ ਇਹਨਾਂ ਦਾ ਸਾਰਾ ਪਰਿਵਾਰ ਜਥੇਦਾਰ ਗੁਰਚਰਨ ਸਿੰਘ ਟੌੜਾ ਹੋਰਾਂ ਦਾ ਪਰਿਵਾਰ ਹੀ ਮੰਨਿਆ ਜਾਂਦਾ ਰਿਹਾ, ਹਾਲੇ ਵੀ ਇਹਨਾਂ ਦੇ ਫਾਦਰ ਸਾਹਿਬ ਜਥੇਦਾਰ ਟੌੜਾ ਦੇ ਬਹੁਤ ਨਜ਼ਦੀਕੀ ਮਿੱਤਰ ਹੀ ਨਹੀਂ, ਭਰਾਵਾਂ ਵਾਂਗ ਉਹਨਾਂ ਨਾਲ ਰਹਿੰਦੇ ਰਹੇ ਹੈ। ਪਰ ਅੱਜ ਇਹ ਕਿਉਂ ਮਜਬੂਰ ਹੋ ਗਿਆ ਆਮ ਆਦਮੀ ਪਾਰਟੀ ਦੇ ਹੱਕ ਚ ਗੱਲ ਕਰਨ ਲਈ ਜਾਂ ਉਹਨਾਂ ਦੇ ਹਲਕਾ ਇੰਚਾਰਜ ਦੇ ਤੌਰ ਤੇ ਕੰਮ ਕਰਦਿਆਂ ਪੰਜਾਬੀ ਦੇ ਇਸ ਲੇਖਕ ਨੇ ਕੀ ਮਹਿਸੂਸ ਕੀਤਾ ਤੇ ਆਉਣ ਵਾਲੀ ਸਰਕਾਰ ਕਿੱਦਾਂ ਦੀ ਬਣ ਰਹੀ ਹੈ ਦੇਖ ਰਹੇ ਨੇ ਤੇ ਉਹਦੇ ਕਾਰਨ ਕੀ ਗਿਣਦੇ ਨੇ? ਸੋ ਮੈਂ ਦਰਸ਼ਨ ਬੁੱਟਰ ਹੋਰਾਂ ਨੂੰ ਮਾਈਕ ਦੇ ਰਿਹਾ, ਤੁਸੀਂ ਉਹਨਾਂ ਨਾਲ ਗੱਲ ਕਰੋ। ਰਾਜਕਰਨ ਜੀ ਜੀ, ਹੈਲੋ, ਸਤਿ ਸ੍ਰੀ ਅਕਾਲ ਦਰਸ਼ਨ ਬੁੱਟਰ ਜੀ, ਬਹੁਤ ਬਹੁਤ ਤੁਹਾਡਾ ਇੱਕ ਵਾਰੀ ਫੇਰ ਅਸੀਂ ਸਵਾਗਤ ਕਰਦੇ ਹਾਂ। ਉਦੋਂ ਮੁਲਾਕਾਤ ਹੋਈ ਸੀ, ਹੁਣ ਆਪਾਂ ਫੋਨ ਦੇ ਉੱਤੇ ਜਿਹੜਾ ਗੱਲਬਾਤ ਕਰ ਰਹੇ ਹਾਂ। ਸੋ ਜੀ ਹਾਂ ਜੀ ਹਾਂ ਜੀ, ਤੇ ਸੁਸ਼ੀਲ ਜੀ ਨੇ ਜਿਹੜਾ ਹੁਣ ਤੁਹਾਨੂੰ ਸਵਾਲ ਜਿਹੜਾ ਕੀਤਾ ਹੈ ਵੀ ਕੀ ਐਸੇ ਕਾਰਨ ਤੁਹਾਡੇ ਨਜ਼ਰ ਦੇ ਵਿੱਚ ਆਏ ਸਾਹਮਣੇ ਵੀ ਇੱਕ ਸਿਆਸੀ ਪਾਰਟੀ ਜਿਸ ਦੇ ਤੁਸੀਂ ਇੱਕ ਪਰਿਵਾਰਕ ਮੈਂਬਰ ਪਰਿਵਾਰ ਦਾ ਇੱਕ ਹਿੱਸਾ ਮੰਨੇ ਜਾਂਦੇ ਸੀ ਉਹ ਛੱਡ ਕੇ ਹੁਣ ਇੱਕ ਨਵੀਂ ਉਮੀਦ ਜਿਸ ਦੇ ਵੱਲ ਨੂੰ ਲੱਗ ਰਹੀ ਆ ਵੀ ਸ਼ਾਇਦ ਉਹ ਕੁਛ ਪੰਜਾਬ ਦਾ ਭਲਾ ਕਰੇ, ਵੀ ਉਸ ਪਾਸੇ ਨੂੰ ਗਏ? ਜੀ ਹਾਂ ਜਸਕਰਨ ਜੀ, ਮੈਂ ਪਹਿਲਾਂ ਸੁਸ਼ੀਲ ਦੁਸਾਂਝ ਦੀ ਗੱਲਬਾਤ ਵੀ ਸੁਣ ਰਿਹਾ ਸੀਗਾ ਜੀ, ਤੇ ਮੈਂ ਰਾਜਨੀਤੀ ਦੇ ਨਾਲ ਨਾਲ ਥੋੜੀ ਜਿਹੀ ਭਾਸ਼ਾ ਨੀਤੀ ਬਾਰੇ 2 ਮਿੰਟ ਲੈਣਾ ਚਾਹਾਂਗਾ। ਜ਼ਰੂਰ ਜ਼ਰੂਰ। ਮੈਨੂੰ ਇੱਦਾਂ ਲੱਗ ਰਿਹਾ ਹੈ ਕਿ ਭਾਸ਼ਾ ਨੀਤੀ ਬਾਰੇ ਜਾਂ ਪੰਜਾਬੀ ਭਾਸ਼ਾ ਬਾਰੇ ਜਿਸ ਤਰ੍ਹਾਂ ਦੇ ਇੱਥੇ ਮੈਨੀਫੈਸਟੋ ਸਾਰੀਆਂ ਪਾਰਟੀਆਂ ਵੱਲੋਂ ਪੇਸ਼ ਕੀਤੇ ਗਏ ਨੇ ਜੀ, ਉਹ ਉਹਨਾਂ ਨੇ ਤਾਂ ਬਿਲਕੁਲ ਹੀ ਕਿਸੇ ਵੀ ਪਾਰਟੀ ਨੇ ਉਹ ਮੁੱਦੇ ਨੂੰ ਚੁੱਕੇ ਹੀ ਨਹੀਂ। ਮੈਂ ਇਹਦੇ ਵਿੱਚ ਇਹ ਵੀ ਮਹਿਸੂਸ ਕਰਦਾ ਕਿ ਇਸ ਮੁੱਦੇ ਨੂੰ ਸਾਡੇ ਪੰਜਾਬੀਆਂ ਨੇ ਹੀ ਨਹੀਂ ਚੁੱਕਿਆ। ਇੱਕ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਇੱਕ ਪੱਤਰ ਲਿਖ ਦੇਣਾ ਇਸ ਪਾਸੇ ਚਲੋ ਇੱਕ ਚੰਗਾ ਸ਼ੁਭ ਸ਼ਗਨ ਹੈ, ਪਰ ਪੰਜਾਬੀਆਂ ਨੇ ਹੋਰ ਬੜੇ ਮੁੱਦੇ ਲਏ ਨੇ, ਨਸ਼ਿਆਂ ਦੇ ਮੁੱਦੇ ਇਹਨਾਂ ਇਲੈਕਸ਼ਨਾਂ ਚ ਲਏ ਨੇ, ਇੱਥੋਂ ਦਾ ਜਿਹੜਾ ਭੂ ਮਾਫੀਆ ਉਹਦੇ ਮੁੱਦੇ ਲਏ ਨੇ, ਕਿਸਾਨੀ ਦੇ ਮੁੱਦੇ ਲਏ ਨੇ, ਪਰ ਪੰਜਾਬੀ ਭਾਸ਼ਾ ਦੇ ਜਾਂ ਪੰਜਾਬੀਆਂ ਦਾ ਜਿਹੜਾ ਮੇਨ ਮੁੱਦਾ ਪੰਜਾਬੀ ਦਾ ਭਾਸ਼ਾ ਦਾ ਤੇ ਉਹਦੇ ਬਾਰੇ ਸਮੁੱਚਾ ਪੰਜਾਬ ਚੁੱਪ ਰਿਹਾ। ਮੈਂ ਹਰ ਜਲਸੇ ਤੇ ਜਾਂਦਾ ਰਿਹਾ ਪੰਜਾਬ ਚ, ਪਰ ਕਿਧਰੇ ਵੀ ਪੰਜਾਬੀ ਦੀ ਕਿਸੇ ਉਮੀਦਵਾਰ ਵੱਲੋਂ ਜਾਂ ਉਹਨਾਂ ਦੇ ਜਿਹੜੇ ਅੱਗੋਂ ਚੋਣ ਮੈਨੀਫੈਸਟੋ ਤਿਆਰ ਕਰਨ ਵਾਲੇ ਲੋਕ ਨੇ ਉਹਨਾਂ ਨੇ ਬਿਲਕੁਲ ਹੀ ਇਸ ਨੂੰ ਜਿਵੇਂ ਕਹਿੰਦੇ ਨੇ ਚੁੱਪ ਹੀ ਕਰ ਗਏ ਇਸ ਮਸਲੇ, ਜਿਹੜਾ ਦੁੱਖ ਵਾਲੀ ਗੱਲ ਹੈ। ਜੇ ਅਸੀਂ ਇੱਕ ਮੁੱਦੇ ਨੂੰ ਬਹੁਤ ਉਭਾਰਾਂਗੇ ਤਾਂ ਹੀ ਉਹ ਸਾਡੀ ਇਸ ਤਰ੍ਹਾਂ ਦੀ ਗੱਲ ਕਰਨਗੇ, ਪਰ ਹੁਣ ਅਸੀਂ ਬੜੇ ਸੁਚੇਤ ਹੋਏ ਇਸ ਗੱਲ ਦੇ ਵੀ ਸਰਕਾਰ ਕਿਸੇ ਦੀ ਵੀ ਆਵੇ ਪਰ ਅਸੀਂ ਉਹਨਾਂ ਨੂੰ ਇਸ ਪੰਜਾਬੀ ਦੇ ਮੁੱਦੇ ਤੇ ਭਾਸ਼ਾ ਨੀਤੀ ਦੇ ਮੁੱਦੇ ਤੇ ਜ਼ਰੂਰ ਘੇਰਾਂਗੇ ਇਕੱਠੇ ਹੋ ਕੇ,
ਔਰ ਸਾਡਾ ਇਹ ਨੈਤਿਕ ਫਰਜ਼ ਵੀ ਬਣਦਾ ਹੈ, ਕਿਉਂਕਿ ਜਿਸ ਤਰ੍ਹਾਂ ਦਾ ਦੂਸਰਾ ਮੁੱਦਾ ਜਿਹੜਾ ਹੈ NRI ਮੁੱਦੇ ਜੀ ਜੀ ਉਹ ਵੀ ਬਹੁਤ, ਹਾਲਾਂਕਿ ਇਸ ਵਾਰ ਦੀਆਂ ਇਲੈਕਸ਼ਨ ਦੇ ਵਿੱਚ NRI ਦਾ ਬਹੁਤ ਬਹੁਤ ਵੱਡਾ ਰੋਲ ਰਿਹਾ ਔਰ ਉਹਦੇ ਰਿਜ਼ਲਟ ਵੀ ਬਹੁਤ ਵੱਡੇ ਆਉਣਗੇ, ਤੁਹਾਡੇ ਸਾਹਮਣੇ ਆਉਣਗੇ ਤੇ ਕਿਸ ਤਰ੍ਹਾਂ ਦੇ ਮੁੱਦੇ NRI ਦੇ ਨੇ ਉਹਦੇ ਬਾਰੇ ਵੀ ਪਹਿਲੀਆਂ ਸਰਕਾਰਾਂ ਨੇ ਬਿਲਕੁਲ ਚੁੱਪ ਰਹੀਆਂ ਨੇ, ਉਲਟਾ ਸਗੋਂ ਜਿਹੜੇ ਪ੍ਰੋਬਲਮ ਸੀ NRI ਦੀਆਂ, ਉਹਨਾਂ ਦੀਆਂ ਪ੍ਰੋਪਰਟੀਜ਼ ਦੀਆਂ ਜਾਂ ਉਹਨਾਂ ਦੀ ਉਹਨਾਂ ਲਈ ਭੂ ਮਾਫੀਆ ਤਿਆਰ ਕਰਕੇ ਉਹਨਾਂ ਦੀਆਂ ਪ੍ਰੋਪਰਟੀ ਸਸਤੇ ਰੇਟ ਤੇ ਖਰੀਦੀਆਂ ਗਈਆਂ, ਸਭ ਨੂੰ ਪਤਾ ਕੀ ਕੁੱਝ ਹੋਇਆ ਕੀ ਕੁੱਝ ਨਾ ਹੋਇਆ। ਚਲੋ ਇਸ ਪਾਸੇ ਆਪਾਂ ਜੇ ਨਾ ਵੀ ਜਾਈਏ ਤਾਂ ਮੈਂ ਕਹਿੰਦਾ ਵੀ ਇਹ ਜਿਹੜੇ NRI ਮੁੱਦੇ ਨੇ ਜਾਂ ਸਾਡੀ ਭਾਸ਼ਾ ਦੇ ਮੁੱਦੇ ਨੇ ਜੀ, ਇਹ ਸਾਡੇ ਮੈਨੀਫੈਸਟੋ ਸਭ ਤੋਂ ਉੱਪਰ ਆਉਣੇ ਚਾਹੀਦੇ ਸੀ ਤੇ ਪਰ ਨਹੀਂ ਉਹ ਆਏ ਤੇ ਹੁਣ ਸਾਨੂੰ ਇਹ ਸੁਚੇਤ ਹੋਣਾ ਬਣਦਾ। ਤੇ ਦੂਸਰੀ ਗੱਲ ਜਿਹੜੀ ਹੈਗੀ ਰਾਜਨੀਤੀ ਦੀ, ਪੰਜਾਬ ਦੀ ਰਾਜਨੀਤੀ ਦੀ, ਦੇਖੋ ਸਰਕਾਰ ਕਿਸੇ ਦੀ ਵੀ ਆ ਸਕਦੀ ਹੈ ਪਰ ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਜੋ ਸਾਡੀ ਮਾਲਵਾ ਬੈਲਟ ਹੈ ਉਹਦੇ ਚ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਆਮ ਆਦਮੀ ਪਾਰਟੀ ਦੀ ਸਾਨੂੰ ਚੜ੍ਹਤ ਦਿਖਾਈ ਦੇ ਰਹੀ ਹੈ। ਇਹ ਮੈਂ ਇਸ ਦਾਅਵੇ ਨਾਲ ਕਹਿ ਸਕਦਾ ਕਿ ਮੈਂ ਬਹੁਤ ਨੇੜਿਓਂ 2 ਮਹੀਨੇ ਵਿਚਰਦਾ ਰਿਹਾ ਸਾਰੇ ਪ੍ਰੋਗਰਾਮਾਂ ਚ ਜੀ ਜੀ, ਤੇ ਇੱਦਾਂ ਲੱਗ ਰਿਹਾ ਕਿ ਜ਼ਰੂਰ ਚੇਂਜ ਹੈ। ਦੂਸਰੀ ਜਿਹੜੀ ਇਸ ਵਾਰੀ ਦੀ ਵੋਟਿੰਗ ਦੀ ਪਰਸੈਂਟੇਜ ਵਧੀ ਹੈ ਉਹ ਬਿਲਕੁਲ ਸਾਨੂੰ ਜਿਵੇਂ ਕਹਿੰਦੇ ਨੇ ਤਬਦੀਲੀ ਜਾਂ ਚੇਂਜ ਦੀ ਪਰਸੈਂਟੇਜ ਵਧੀ ਹੈ, ਉਸ ਤੋਂ ਪਤਾ ਲੱਗ ਰਿਹਾ ਕਿ ਕੋਈ ਚੇਂਜ ਜ਼ਰੂਰ ਆ ਰਹੀ ਹੈ, ਇਸੇ ਕਰਕੇ ਇੰਨੀ ਪਰਸੈਂਟੇਜ ਬਹੁਤ ਜ਼ਿਆਦਾ ਵਧੀਆ ਜੀ ਜੀ। ਚਲੋ ਇੱਕ ਸ਼ੁਭ ਸ਼ਗਨ ਜਿਹੜਾ ਆਪਾਂ ਇਸ ਨੂੰ ਜਿਹੜਾ ਜੀ ਆਪਾਂ ਕਹਿ ਸਕਦੇ ਹਾਂ ਵੀ ਜੇ ਲੋਕ ਘਰੋਂ ਬਾਹਰ ਨਿਕਲੇ ਨੇ ਵੋਟ ਪਾਉਣ ਦੇ ਲਈ ਕਿਸੇ ਤਬਦੀਲੀ ਦੀ ਮੰਗ ਨੂੰ ਲੈ ਕੇ ਜਿਹੜੇ ਜੀ ਉਹ ਨਿਕਲੇ ਜੀ ਜੀ, ਦੇਖੋ ਮੈਂ ਕਹਿੰਦਾ ਵੀ ਚੋਣਾਂ 4 ਫਰਵਰੀ ਨੂੰ ਖਤਮ ਹੋ ਗਈਆਂ ਨੇ ਜੀ ਜੀ, ਪਰ ਇੱਥੇ ਹੁਣ ਵੀ ਮੁੱਦੇ ਹੁਣ ਵੀ ਉਹੀ ਗੱਲਾਂ ਉਹੀ 11 ਮਾਰਚ ਤੱਕ ਜੀ ਜੀ ਹੋਣ ਜਾ ਰਿਹਾ ਕਿਨ ਕੀ ਨਹੀਂ ਹੋਣ ਜਾ ਰਿਹਾ, ਲੋਕ ਸੁਚੇਤ ਬਹੁਤ ਹੋਏ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਇੱਥੋਂ ਤੱਕ ਕਿ ਇਕੱਲੇ ਪੰਜਾਬ ਦੇ ਲੋਕ ਹੀ ਨਹੀਂ ਸੁਚੇਤ ਹੋਏ, ਸਾਰੇ ਹੁਣ ਅਸੀਂ ਰਾਜਸਥਾਨ 'ਚ ਘੁੰਮ ਰਹੇ ਹਾਂ, ਜਿੱਥੇ ਵੀ ਜਾਂਦੇ ਹਾਂ ਉੱਥੇ ਇਹੀ ਮੁੱਦਾ ਵੀ ਹਾਂਜੀ ਕਿਹੜੀ ਸਰਕਾਰ ਆ ਰਹੀ ਹੈ ਕਿਵੇਂ ਆ ਰਹੀ ਹੈ, ਸਾਨੂੰ ਟੋਲਾਂ ਤੇ ਟੋਲ ਤੇ ਵੀ ਜੋ ਅਸੀਂ ਜਦੋਂ ਪਰਚੀ ਕਟਾਉਂਦੇ ਹਾਂ ਰਾਜਸਥਾਨ 'ਚ ਉੱਥੇ ਵੀ ਸਾਨੂੰ ਇਹੀ ਪੁੱਛਿਆ ਜਾ ਰਿਹਾ, ਦੇਖੇ ਵੀ ਤੁਸੀਂ ਸਭ ਨੂੰ ਪੁੱਛ ਰਹੇ ਹੋ ਸਾਰੀਆਂ ਜੋ ਲੰਘ ਰਹੇ ਨੇ ਇੱਥੇ ਤਾਰਾਂ ਵਾਲੇ ਜਾਂ ਜੋ ਵੀ ਵੇਸਟਰ ਆ ਰਹੇ ਨੇ ਪੰਜਾਬ ਤੋਂ ਸਭ ਨੂੰ ਪੁੱਛ ਰਹੇ ਹੋ ਤੇ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ, ਉਹ ਕਹਿੰਦੇ ਵੀ ਸਾਨੂੰ ਵੀ ਇਸ ਤਰ੍ਹਾਂ ਹੀ ਲੱਗ ਰਿਹਾ ਕਿ ਚੇਂਜ ਤਾਂ ਪੱਕੀ ਹੈ, ਸਾਨੂੰ ਵੀ ਇਸ ਤਰ੍ਹਾਂ ਲੱਗ ਰਿਹਾ ਕਿ ਚੇਂਜ ਬਿਲਕੁਲ ਹੋਏਗੀ ਤੇ ਬਾਕੀ ਸਮਾਂ ਦੱਸੇਗਾ ਕਿ ਪੰਜਾਬੀਆਂ ਨੇ ਇਹ ਚੁੱਪ ਜੀ। ਅਤੇ ਦਰਸ਼ਨ ਮਿੱਟਰ ਜੀ ਹੁਣ ਤੁਸੀਂ ਗੱਲ ਕੀਤੇ ਵੀ ਉੱਥੇ ਹਰ ਕੋਈ ਪੁੱਛ ਰਿਹਾ ਆ, ਮਤਲਬ ਦਿਲਚਸਪੀ ਉਹਨਾਂ ਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਪੂਰੀ ਸੀ ਜਾਂ ਕੱਲੀ ਆਮ ਆਦਮੀ ਪਾਰਟੀ ਦੇ ਕਰਕੇ ਇਹ ਜ਼ਿਆਦਾ ਉਹਨਾਂ ਨੇ ਪੁੱਛਗਿੱਛ ਕੀਤੀ ਹੈ? ਨਹੀਂ ਇਸ ਵਾਰੀ ਇਹ ਰੋਲ ਰਿਹਾ ਆਮ ਆਦਮੀ ਪਾਰਟੀ ਦਾ, ਕਿਉਂਕਿ ਉਹ ਕਹਿੰਦੇ ਵੀ ਅਗਲੀ ਵਾਰ ਜੇ ਪੂਰੇ ਜ਼ੋਰ ਨਾਲ ਨਹੀਂ ਤਾਂ ਘੱਟੋ ਘੱਟ ਥੋੜੇ ਬਹੁਤੇ ਫਰਕ ਨਾਲ ਰਾਜਸਥਾਨ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਬੋਲਬਾਲਾ ਹੋਣ ਜਾ ਰਿਹਾ ਹੈ, ਇੱਥੇ ਵੀ ਬਹੁਤ ਉਹਨਾਂ ਦਾ ਜਾਣੀ ਇੱਕ ਚੰਗਾ ਪ੍ਰਸਾਰ ਹੋ ਰਿਹਾ ਹੈ, ਮੈਨੂੰ ਇਹ ਲੱਗ ਰਿਹਾ ਜਿਸ ਤਰ੍ਹਾਂ ਦੇ ਲੋਕ ਇੱਥੋਂ ਇੰਟਰਸਟ ਲੈ ਰਹੇ ਨੇ। ਕੱਲ੍ਹ ਵੀ ਅਸੀਂ ਇੱਕ ਸਾਹਿਤਕ ਪ੍ਰੋਗਰਾਮ ਸੀਗਾ ਉੱਥੇ ਵੀ ਬਾਅਦ ਜੋ ਆਪਣੀਆਂ ਗੈਰ ਰਸਮੀ ਗੱਲਾਂ ਹੁੰਦੀਆਂ ਨੇ ਉੱਥੇ ਵੀ ਇਹੀ ਗੱਲਾਂ ਚੱਲੀਆਂ ਕਿ ਲੋਕ ਵੀ ਚਾਹੁੰਦੇ ਆ ਕਿ ਇਹ ਜੋ ਕਦੇ ਕਾਂਗਰਸ ਕਦੇ BJP ਕਦੇ ਕਾਂਗਰਸ BJP ਇਹ ਤੋਂ ਛੁਟਕਾਰਾ ਪਾ ਕੇ ਕੋਈ ਸ਼ਾਇਦ ਕੋਈ ਨਵੀਂ ਗੱਲ ਆਵੇ ਤੇ ਸਾਰੇ ਮੁੱਦਿਆਂ ਦੀ ਗੱਲ ਹੋਵੇ ਤਾਂ ਚੰਗੀ ਗੱਲ, ਪਰ ਸੁਚੇਤ ਲੋਕ ਜ਼ਰੂਰ ਹੋਏ ਆ ਇਹ 'ਚ ਕੋਈ ਸ਼ੱਕ ਨਹੀਂ ਹੈ, ਛੋਟੀ ਵੋਟ ਗਰੀਬ ਵੋਟ ਅਮੀਰ ਵੋਟ ਵਪਾਰੀ ਕਿਸਾਨ ਸਭੀ ਸਾਰੇ ਲੋਕਾਂ ਨੇ ਬੜੇ ਇੰਟਰਸਟ ਨਾਲ ਇਲੈਕਸ਼ਨ ਲੜੀਆਂ ਨੇ ਤੇ ਉਹਦਾ ਬੜਾ ਵੱਖਰੀ ਤਰ੍ਹਾਂ ਦਾ ਰਿਜ਼ਲਟ ਆਉਣ ਆ ਸਕਦਾ। ਦਰਸ਼ਨ ਮਿੱਟਰ ਜੀ ਤੁਹਾਡੇ ਤੋਂ ਪਹਿਲਾਂ ਜਸਵਿੰਦਰ ਜੀ ਕਹਿ ਕੇ ਗਏ ਸੀਗੇ ਵੀ ਨੋਟਾਂ ਦੇ ਜਿਹੜੇ ਵੋਟਾਂ ਆ ਉਹ ਬੇਸਿਕਲੀ ਨਿਰਧਾਰਤ ਕਰਨਗੀਆਂ ਵੀ ਲੋਕ ਕਿੰਨੇ ਕੁ ਚੇਤਨ ਹੋਏ ਆ, ਆਪਾਂ ਨੂੰ ਸਾਰਿਆਂ ਨੂੰ ਇਸ ਗੱਲ ਤੋਂ ਆਪਾਂ ਭਲੀ ਭਾਂਤ ਜਾਣਦੇ ਹਾਂ ਵੀ ਜੇ ਕੋਈ ਵੀ ਜਾਣਾ ਮੰਨ ਲਓ ਨੋਟਾਂ ਦੇ ਉੱਤੇ ਬਾਰ ਬਾਰ ਆਪਾਂ ਵੋਟ ਕਰੀ ਵੀ ਜਾਈਏ ਬਾਰ ਬਾਰ ਚੋਣਾਂ ਹੋਈ ਵੀ ਜਾਣ ਕਿਸੇ ਨਾ ਕਿਸੇ ਨੇ ਤਾਂ ਆਉਣਾ ਹੀ ਆ, ਆਪਾਂ ਕਿਸ ਤਰੀਕੇ ਨਾਲ ਆਪਾਂ ਕਿਸ ਤਰੀਕੇ ਨਾਲ ਕਹਿ ਸਕਦੇ ਹਾਂ ਵੀ ਨੋਟਾਂ ਵਾਲੇ ਦੇ ਕਰਕੇ ਹੀ ਚੇਤਨਤਾ ਆ ਤੇ ਉਸ ਤੋਂ ਬਗੈਰ ਨਹੀਂ? ਮੈਂ ਤਾਂ ਸਗੋਂ ਇੱਕ ਹੋਰ ਵੀ ਇਸ ਗੱਲ ਨੂੰ ਠੀਕ ਜਸਵਿੰਦਰ ਜੀ ਨੇ ਬਿਲਕੁਲ ਠੀਕ ਕਿਹਾ ਕਿ ਨੋਟਾਂ ਦੀ ਜਿਹੜੀ ਹੈਗੀ ਹੈ ਨਾ ਉਹ ਪਰਸੈਂਟੇਜ ਵਧੀ ਹੈ ਤੇ ਲੋਕ ਚਾਹੁੰਦੇ ਆ ਕਿ ਸਾਰੇ, ਸਾਨੂੰ ਵੀ ਪਤਾ ਹਿੰਦੁਸਤਾਨ ਚ ਉਹੀ ਲੋਕ ਨੇ
ਉਹੀ ਅਕਾਲੀ ਦਲ ਚੋਂ ਨਿਕਲ ਕੇ ਹੁਣ ਆਮ ਆਦਮੀ ਚਲੇ ਗਏ ਨੇ, ਉਹੀ ਕਾਂਗਰਸ ਅਕਾਲੀ ਦਲ ਚੋਂ ਨਿਕਲ ਕੇ ਕਾਂਗਰਸ ਚਲੇ ਗਏ ਨੇ, ਇਹ ਵੀ ਇਹ ਮਸਲਾ ਵੀ ਸਾਡੇ ਸਾਹਮਣੇ ਆ ਕਿ ਲੋਕ ਫਿਰ ਉਹੀ ਅੱਗੇ ਆ ਜਾਂਦੇ ਨੇ ਤੇ ਇਕੱਲੀ ਨੋਟਾਂ ਦਾ ਬਟਨ ਦਬਣ ਨਾਲ ਗੱਲ ਨਹੀਂ ਬਣਦੀ। ਮੈਂ ਤਾਂ ਸਗੋਂ ਇੱਥੋਂ ਤੱਕ ਵੀ ਮਹਿਸੂਸ ਕਰਦਾ ਵੀ ਜਿਹੜਾ ਆਮ ਆਦਮੀ ਪਾਰਟੀ ਵਾਲਾ ਬਟਨ ਦੱਬਿਆ ਗਿਆ ਇਹ ਇੱਕ ਕਿਸਮ ਦਾ ਨੋਟਾਂ ਦੀ ਬਟਨ ਹੈ। ਉਹ ਇਹਨੂੰ ਕਹਿੰਦੇ ਆ ਵੀ ਇਹਨੂੰ ਆਪਾਂ ਇੱਕ ਵਾਰੀ ਏਦਾਂ ਕਰਕੇ ਦੇਖ ਲਈਏ ਤਾਂ ਜ਼ਿਆਦਾ ਅਜਮਾ ਕੇ ਦੇਖ ਲਈਏ, ਠੀਕ ਹੈ ਨਹੀਂ। ਹਾਂਜੀ ਹਾਂਜੀ ਜੀ ਜੀ ਤੇ ਦਰਸ਼ਨ ਮੋਟਰ ਜੀ ਬਹੁਤ ਬਹੁਤ ਜਿਹੜਾ ਅਸੀਂ ਧੰਨਵਾਦ ਕਰਦੇ ਹਾਂ। ਰਾਜਨ ਬਹੁਤ ਅੱਛਾ ਲੱਗਿਆ, ਹਲੋ ਸੁਸ਼ੀਲ ਜੀ ਕਰਨਗੇ ਗੱਲ ਜੀ 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 ਬਿਲਕੁਲ। ਦੇਖੋ ਹਰ ਇੱਕ ਦੀ ਆਪੋ ਆਪਣੀ ਸੋਚ, ਹਰ ਇੱਕ ਦੀ ਆਪੋ ਆਪਣੀ ਵਿਚਾਰਧਾਰਾ, ਤੇ ਜਦੋਂ ਆਪਾਂ ਸਾਰੇ ਮਿਲ ਕੇ ਬੈਠਦੇ ਹਾਂ ਗੱਲਬਾਤ ਕਰਦੇ ਹਾਂ ਤੇ ਕੋਈ ਉਸ ਦੇ ਵਿੱਚੋਂ ਕੁਛ ਪੋਜ਼ਿਟਿਵ ਕੁਛ ਵਧੀਆ ਚੀਜ਼ ਆਪਾਂ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜੇ ਕਿ ਹਰ ਇੱਕ ਲੋਕ, ਆਮ ਲੋਕ ਜਿਹੜੇ ਵੀ ਵਰਗ ਦੇ ਲੋਕ ਆ ਉਹਨਾਂ ਸਾਰਿਆਂ ਦੇ ਲਈ ਲਾਹੇਵੰਦ ਹੋਵੇ। ਸੋ ਕਿਤੇ ਨਾ ਕਿਤੇ ਆਪਾਂ ਸਾਰਿਆਂ ਨੂੰ ਸਿਰ ਜੋੜ ਕੇ ਹਮੇਸ਼ਾ ਹੀ ਬੈਠਣ ਦੀ ਜ਼ਰੂਰਤ ਜਿਹੜੀ ਉਹ ਰਹਿੰਦੀ ਆ, ਤਾਂ ਜੋ ਕੁਛ ਆਪਾਂ ਵਧੀਆ ਪੰਜਾਬ ਦੇ ਲਈ, ਆਪਾਂ ਜਿੱਦਾਂ ਆਪਾਂ ਪੰਜਾਬੀ ਭਾਸ਼ਾ ਦੀ ਬੋਲੀ ਦੀ ਗੱਲ ਕਰ ਰਹੇ ਹਾਂ, ਉਸ ਦੇ ਲਈ ਕੁਛ ਨਾ ਕੁਛ ਆਪਾਂ ਵਧੀਆ ਜਿਹੜਾ ਜ਼ਰੂਰ ਕਰ ਸਕੀਏ। ਅਤੇ ਜਾਂਦੇ ਜਾਂਦੇ ਸੁਸ਼ੀਲ ਜੀ, ਤੁਸੀਂ ਕੀ ਕੋਈ ਵਿਸ਼ੇਸ਼ ਕੋਈ ਗੱਲ ਜਾਂ ਕੋਈ ਉੱਥੇ ਦੀ ਕੋਈ ਜਿਹੜੀ ਯੋਧਪੁਰ ਦੇ ਵਿੱਚ ਕੋਈ ਹੋਈ ਹੋਵੇ ਜਿਹੜੀ ਤੁਸੀਂ ਸਰੋਤਿਆਂ ਦੇ ਨਾਲ ਜਾਂਦੇ ਜਾਂਦੇ ਸਾਂਝੀ ਕਰਨਾ ਚਾਹੁੰਦੇ ਹੋਵੋ, ਜਾਂ ਮੌਜੂਦਾ ਸਥਿਤੀਆਂ ਦੇ ਉੱਤੇ ਜੇ ਤੁਸੀਂ ਕੋਈ ਟਿੱਪਣੀ ਜਾਂਦੇ ਜਾਂਦੇ ਕਰਨਾ ਚਾਹੁੰਦੇ ਹੋ? ਦੋ ਗੱਲਾਂ ਇਹਦੇ ਚ ਰਾਜਕਰਨ ਜੀ ਮੈਂ ਕਰਨੀਆਂ ਲਾਸਟ ਦੀ ਜੀ। ਨੰਬਰ ਇੱਕ ਤਾਂ ਰਾਜਸਥਾਨ ਚ ਜਦੋਂ ਕੱਲ ਸਾਡਾ ਸੰਵਾਦ ਸੀ ਜੀ, ਇੱਕ ਗੱਲ ਉੱਭਰ ਕੇ ਬੜੀ ਵੱਡੇ ਪੱਧਰ ਤੇ ਆ ਰਹੀ ਸੀ, ਜਦੋਂ ਅਸੀਂ ਇੱਕ ਸੰਵਾਦ ਵਿੱਚ ਸੀ ਇੱਕ ਮੰਤਰੀ ਭਾਸ਼ਾ ਦਿਵਸ ਦੇ ਮੌਕੇ ਤੇ ਜੀ, ਤੇ ਇਹ ਗੱਲ ਉੱਭਰ ਕੇ ਆਈ ਕਿ ਜਿਹੜੀਆਂ ਸਥਾਨਕ ਭਾਸ਼ਾਵਾਂ ਨੇ, ਜਨ ਭਾਸ਼ਾਵਾਂ, ਇਹਨਾਂ ਦਾ ਆਦਾਨ ਪ੍ਰਦਾਨ ਜਿਹੜਾ ਆਪੋ ਵਿੱਚ ਜਿਹੜਾ ਆ ਉਹ ਹੀ ਇਹਨਾਂ ਭਾਸ਼ਾਵਾਂ ਦੀ ਹੋਂਦ ਨੂੰ ਬਚਾਏਗਾ ਤੇ ਸਹਿਯੋਗ ਹੈ ਭਾਸ਼ਾਵਾਂ ਦੀ ਆਪਸੀ ਸਹਿਯੋਗ ਜਿਹੜੀ ਹੈ ਉਹੀ ਸਾਡੇ ਤੇ ਜਿਹੜਾ ਇੱਕ ਹਮਲਾ ਮਾਰਕੀਟ ਦਾ ਉਹਦੇ ਤੋਂ ਬਚਾਉਣ ਦਾ ਇੱਕ ਇੱਕ ਜ਼ਰੀਆ ਸਾਡੇ ਵਾਸਤੇ ਬਣ ਸਕਦਾ ਹੈ। ਸੋ ਭਾਸ਼ਾਵਾਂ ਦਾ ਆਦਾਨ ਪ੍ਰਦਾਨ, ਰਾਜਸਥਾਨ ਦੀਆਂ ਭਾਸ਼ਾਵਾਂ ਹੋਣ ਜਾਂ ਬਾਕੀ ਖੇਤਰੀ ਭਾਸ਼ਾਵਾਂ ਹੋਣ, ਚਾਹੇ ਬੰਗਾਲੀ ਹੋਵੇ, ਚਾਹੇ ਤਾਮਿਲ ਹੋਵੇ, ਚਾਹੇ ਭੋਜਪੁਰੀ ਹੋਵੇ, ਜਾਂ ਹਿੰਦੀ ਖੇਤਰ ਦੀਆਂ ਜਿਹੜੀਆਂ ਸਾਡੀ ਉੱਤਰੀ ਭਾਰਤ ਦੀਆਂ ਜ਼ਬਾਨਾਂ ਹੈ, ਉਹਨਾਂ ਦਾ ਬਹੁਤ ਬਿਹਤਰ ਤਾਲਮੇਲ ਜਿਹੜਾ ਆ ਇੱਕ ਗੱਠਜੋੜ ਦੇ ਰੂਪ ਦੇ ਵਿੱਚ ਸਾਹਮਣੇ ਆਵੇ, ਤਾਂ ਲੜਾਈ ਦਾ ਮੈਦਾਨ ਵੀ ਜਿਹੜਾ ਆ ਉਹ ਸਾਂਝੇ ਤੌਰ ਤੇ ਮੱਲਿਆ ਜਾ ਸਕਦਾ ਹੈ ਤੇ ਉਹ ਠੱਲ ਪਾਈ ਜਾ ਸਕਦੀ ਹੈ ਜਿਹੜਾ ਇੱਕ ਪੂੰਜੀ ਦਾ ਹਮਲਾ ਜਾਂ ਪੂੰਜੀ ਦੀ ਭਾਸ਼ਾ ਦਾ ਹਮਲਾ ਸਾਡੇ ਤੇ, ਇੱਕ ਗੱਲ ਤੇ। ਦੂਜੇ ਤੇ ਬਦਲਾਅ ਦੀ ਗੱਲ ਜਸਵਿੰਦਰ ਹੋਰਾਂ ਨੇ ਵੀ ਕੀਤੀ ਹੈ ਤੇ ਦਰਸ਼ਨ ਪੁੱਟਰ ਹੋਰਾਂ ਨੇ ਆਪਣੇ ਆਪਣੇ ਨਜ਼ਰੀਏ ਤੋਂ ਗੱਲ ਪੇਸ਼ ਕੀਤੀ ਹੈ ਜੀ, ਮੈਂ ਉਹਦੇ ਚ ਨਾ ਜਾਂਦਾ, ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਅਖੀਰ ਦੇ ਵਿੱਚ ਵੀ ਹੁਣ ਸਾਡੀ ਉਮੀਦ ਨਵੀਂ ਸਰਕਾਰ ਤੇ ਉਸ ਰੂਪ ਚ ਭਾਵੇਂ ਨਾ ਵੀ ਹੋਵੇ, ਨਵੀਂ ਸਰਕਾਰ ਨੇ ਜੇ ਅਕਾਲੀ ਦਲ ਬੀਜੇਪੀ ਦੀ ਗੱਠਜੋੜ ਦੀ ਸਰਕਾਰ ਨਹੀਂ ਆਉਂਦੀ, ਕਾਂਗਰਸ ਦੀ ਵੀ ਨਹੀਂ ਆਉਂਦੀ, ਆਮ ਆਦਮੀ ਪਾਰਟੀ ਦੀ ਆਉਂਦੀ ਹੈ, ਤਾਂ ਕੋਈ ਬਹੁਤ ਸਿੱਖੀ ਤਬਦੀਲੀ ਆ ਜਾਣੀ ਹੈ, ਮੈਨੂੰ ਇਸ ਗੱਲ ਦੀ ਉਮੀਦ ਨਹੀਂ ਹੈ। ਪਰ ਇਸ ਗੱਲ ਦੀ ਉਮੀਦ ਜ਼ਰੂਰ ਹੈ ਵੀ ਅਸੀਂ ਘੱਟੋ ਘੱਟ ਨਵੀਂ ਰਵਾਇਤੀ ਪਾਰਟੀਆਂ ਨੂੰ ਪਾਸੇ ਕਰਕੇ ਜੇ ਨਵੀਂ ਧਿਰ ਆਉਂਦੀ ਹੈ ਸਰਕਾਰ ਲੈ ਕੇ, ਤਾਂ ਸਾਡਾ ਦਬਾਅ ਜਿਹੜਾ ਪਿੱਛੇ ਲੰਬੇ ਸਮੇਂ ਤੋਂ ਅਕਾਲੀ ਬੀਜੇਪੀ 'ਚ ਰਿਹਾ ਜਾਂ ਕਾਂਗਰਸ 'ਤੇ ਰਿਹਾ, ਉਹਦੇ ਤੋਂ ਜ਼ਿਆਦਾ ਦਬਾਅ ਇਸ ਸਰਕਾਰ 'ਤੇ ਹੋਏਗਾ, ਕਿਉਂਕਿ ਇਹ ਨਵੀਂ ਸਰਕਾਰ ਆ ਕੇ ਪਹਿਲ ਕਦਮੀ ਜ਼ਰੂਰ ਰਹੇਗੀ, ਸਾਡੀ ਗੱਲ ਜ਼ਰੂਰ ਸੁਣੇਗੀ। ਦੂਜੀ ਗੱਲ ਇਹ ਆ ਵੀ ਇਹ ਜਿਹੜੀ ਆਮ ਆਦਮੀ ਪਾਰਟੀ ਦੇ ਲੋਕ ਹੈ ਇਹਦੇ 'ਚ, ਠੀਕ ਹੈ ਵੋਟਰ ਹੋਰਾਂ ਨੇ ਵੀ ਇਹ ਗੱਲ ਦੱਸੀ ਹੈ ਵੀ ਬਹੁਤ ਸਾਰੇ ਅਕਾਲੀ ਵੀ ਆ ਗਏ, ਬੀਜੇਪੀ ਵਾਲੇ, ਕਾਂਗਰਸ ਵੀ ਆ ਗਏ, ਪਰ ਬਹੁਤ ਸਾਰੇ ਨਵੇਂ ਲੋਕ ਵੀ ਹੈ, ਉਹ ਨਵੇਂ ਲੋਕਾਂ ਨਾਲ ਸਾਡੇ ਰਿਸ਼ਤੇ ਵੀ ਚੰਗੇ ਹੈ। ਸੋ ਉਹਨਾਂ ਰਿਸ਼ਤਿਆਂ ਨੂੰ ਅਸੀਂ ਇੱਕ ਕਹਿ ਲਓ ਵੀ ਆਪਣੀ ਪੰਜਾਬੀ ਮਾਂ ਜ਼ਬਾਨ ਜਿਹੜੀ ਹੈ ਉਹਦੇ 'ਚ ਉਹਦੇ ਪੱਖ 'ਚ ਭੁਗਤਾਉਣ ਦੀ ਜਿਹੜੀ ਕੋਸ਼ਿਸ਼ ਜ਼ਰੂਰ ਕਰਾਂਗੇ ਤੇ ਇਸ ਨਵੀਂ ਸਰਕਾਰ ਤੋਂ ਅਸੀਂ ਉਮੀਦ ਕਰਾਂਗੇ ਕਿ ਪੰਜਾਬੀਆਂ ਦੀ ਬਾਕੀ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਨੇ, ਦੁੱਖ ਨੇ, ਤਕਲੀਫਾਂ ਹੈ, ਉਹਨਾਂ ਦਾ ਹੱਲ ਕਰਨ ਵਾਸਤੇ ਵੀ ਅੱਗੇ ਵਧਣ ਦੀ ਕੋਸ਼ਿਸ਼ ਵੀ ਜ਼ਰੂਰ ਕਰੇ। ਇਹ ਨਹੀਂ ਵੀ ਉਹਨਾਂ ਨੇ ਆਉਂਦੇ ਉਹਨਾਂ ਕੋਲ ਕੋਈ ਜਾਦੂ ਦੀ ਛੜੀ ਆਉਂਦੇ ਉਹਨਾਂ ਸਾਰਿਆਂ ਕੋਲ ਬਦਲ ਦੇਣਾ, ਪਰ ਅਸੀਂ ਇੱਕ ਦਬਾਅ ਬਣਾ ਕੇ ਰੱਖੀਏ ਪੰਜਾਬੀਆਂ ਦਾ ਸਮੁੱਚਾ ਦਬਾਅ, ਸ਼ਾਇਦ ਨਵੀਂ ਧਿਰ ਦੀ ਜੇ ਸਰਕਾਰ ਆਉਂਦੀ ਹੈ ਤਾਂ ਉਹਨੂੰ ਕੁਝ ਚੰਗਾ ਵਿਸ਼ੇਸ਼ ਗੱਲਬਾਤ ਕੀਤੀ ਜਸਵਿੰਦਰ ਜੀ ਨਾਲ, ਦਰਸ਼ਨ ਬੁੱਟਰ ਹੋਣਾ ਦੇ ਨਾਲ ਤੁਸੀਂ ਗੱਲਬਾਤ ਕਰਾਈ, ਇਸ ਸਭ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਮਿਹਰਬਾਨੀ।
ਤੇ ਸਰੋਤੇ ਇੱਥੇ ਹੀ ਸਾਡਾ ਅੱਜ ਦਾ ਇਹ ਵਿਸ਼ੇਸ਼ ਖਬਰ ਤੇ ਨਜ਼ਰ ਆਪਾਂ ਪ੍ਰੋਗਰਾਮ ਕਹਿ ਸਕਦੇ ਹਾਂ ਜੋ ਕਿ ਕੌਮਾਂਤਰੀ ਮਾਂ ਭਾਸ਼ਾ ਦਿਵਸ ਦੇ ਉੱਤੇ ਹੀ ਆਪਾਂ ਕੇਂਦਰਿਤ ਰੱਖਿਆ ਤੇ ਇਸ ਦੇ ਨਾਲ ਨਾਲ ਕੁਛ ਜਿਹੜੇ ਹੋਰ ਲੇਖਕ ਨੇ ਉਹਨਾਂ ਦੇ ਆਪਾਂ ਵਿਚਾਰ ਜਿਹੜੇ ਆ ਜਾਣਨ ਦੀ ਕੋਸ਼ਿਸ਼ ਕੀਤੀ ਵੀ ਪੰਜਾਬ ਦੇ ਵਿੱਚ ਜਿਹੜੀ ਮੌਜੂਦਾ ਰਾਜਨੀਤਿਕ ਸਥਿਤੀ ਆ ਜਾਂ ਆਉਣ ਵਾਲੀ ਸਰਕਾਰ ਆ ਉਹਨਾਂ ਤੋਂ ਉਹ ਕੀ ਆਸ ਉਮੀਦਾਂ ਜਿਹੜੀਆਂ ਉਹ ਰੱਖਦੇ ਨੇ, ਲੋਕਾਂ ਦਾ ਕਿੱਦਾਂ ਦਾ ਉਹਨਾਂ ਦੇ ਪ੍ਰਤੀ, ਅਤੇ ਜਦ ਉਹ ਬਾਹਰਲੇ ਦੇ ਜਿਹੜੇ ਜੀ ਜਾਂਦੇ ਨੇ ਸੂਬਿਆਂ ਦੇ ਵਿੱਚ ਅਤੇ ਲੋਕ ਕੀ ਉਹਨਾਂ ਦੇ ਕੋਲੋਂ ਪੁੱਛਦੇ ਨੇ ਉਸ ਦੇ ਬਾਰੇ ਜਿਹੜਾ ਆਪਾਂ ਜਾਣਿਆ। ਸੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਹੁਣ ਬਹੁਤ ਪਿਆਰ ਸਤਿਕਾਰ ਸਾਹਿਬ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।